ਅੱਜ ਸਫਰੇ ਜ਼ਿੰਦਗੀ ਪ੍ਰੋਗਰਾਮ ਦੇ ਤਹਿਤ ਅਸੀਂ ਮੁਲਾਕਾਤ ਕੀਤੀ ਮਨਦੀਪ ਸਿੰਘ ਰਜੋਰਾ ਨਾਲ, ਜੋ ਸਮਾਈਲ ਨਾਮ ਦੀ NGO ਨਾਲ ਜੁੜੇ ਹੋਏ ਨੇ। ਇਸ NGO ਦੀ ਸ਼ੁਰੂਆਤ 3 ਜਣਿਆਂ ਨੇ ਮਿਲ ਕੇ ਕੀਤੀ। ਬਠਿੰਡਾ ਵਿੱਚ ਚੱਲ ਰਹੀ ਇਸ NGO ਦੇ ਕੰਮਾਂ ਨੂੰ ਦੇਖਦੇ ਹੋਏ ਇਸ ਦੇ ਨਾਲ ਹੋਰ ਵੀ ਕਈ ਲੋਕ ਜੁੜੇ। NGO ਬੱਚਿਆਂ ਦੀ ਸਿੱਖਿਆ 'ਤੇ ਜ਼ੋਰ ਦੇਣ ਦੇ ਨਾਲ ਨਾਲ ਉਹਨਾਂ ਦੇ ਬਹੁਪੱਖੀ ਵਿਕਾਸ 'ਤੇ ਕੰਮ ਕਰ ਰਹੀ ਹੈ। ਆਓ ਮਨਦੀਪ ਸਿੰਘ ਰਜੋਰਾ ਤੋਂ ਜਾਣਦੇ ਹਾਂ ਕਿ ਕਿਵੇਂ ਉਹ ਇਹਨਾਂ ਬੱਚਿਆਂ ਦਾ ਸਹਾਰਾ ਬਣੇ। ਉਹਨਾਂ ਦੇ ਇਸ ਸਫ਼ਰ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਅਸੀਂ ਤਾਂ ਹੁਣ ਜਿਵੇਂ ਪੜ੍ਹ ਕੇ ਪੜ੍ਹਾ ਵੀ ਰਹੇ ਹਾਂ ਅਤੇ PhD ਤੱਕ ਅਸੀਂ ਸੋਚ ਰਹੇ ਹਾਂ, ਅਤੇ ਇਹਨਾਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਦਾ ਅਰਥ ਹੀ ਨਹੀਂ ਪਤਾ। ਚੋਣਾਂ ਦੇ ਦਿਨਾਂ 'ਚ ਇਹ ਸਾਡੇ ਕੋਲ ਆ ਕੇ ਹਰ ਕੋਈ ਕਹਿੰਦਾ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ, ਪੇਰੈਂਟਸ ਨੂੰ ਇਹਨਾਂ ਬੱਚਿਆਂ ਨੂੰ ਸੁਸਾਇਟੀ ਦੇ ਉੱਪਰ ਯਕੀਨ ਹੀ ਨਹੀਂ। ਇਸ ਤਰ੍ਹਾਂ ਦਾ ਰੁਤਬਾ ਬਣ ਗਿਆ ਹੈ ਰਾਜਨੀਤੀ ਦਾ ਕਿ ਹੇਠਲੇ ਪੱਧਰ ਦੇ ਉੱਤੇ ਜਿਹੜੇ ਲੋਕ ਨੇ ਉਹਨਾਂ ਨੂੰ ਰਾਜਨੀਤੀ 'ਤੇ, ਰਾਜਨੇਤਾਵਾਂ 'ਤੇ ਬਿਲਕੁਲ ਯਕੀਨ ਨਹੀਂ ਹੈ। ਐਜੂਕੇਸ਼ਨ ਜਿਹੜੀ ਹੈ ਉਹ ਅਸੀਂ ਆਪਣੇ ਲੈਵਲ 'ਤੇ ਕਰਾਈਏ, ਪਰ ਇਹਨਾਂ ਨੂੰ ਥੋੜ੍ਹਾ ਜਿਹਾ ਹੁਣ ਇਹਨਾਂ ਦਾ ਕਮਾਉਣ ਦਾ ਜ਼ਰੀਆ ਜਿਹੜਾ ਉਹ ਬਣਾਈਏ, ਕਮਾਉਣ ਦਾ ਜ਼ਰੀਆ ਜਿਹੜਾ ਉਹ ਬਣਾਈਏ। ਜਿਹਦੀ ਦੁਕਾਨ ਦੇ ਮੂਹਰੋਂ ਇਹਨਾਂ ਨੇ ਕਾਗਜ਼ ਚੁੱਕਣਾ, ਉਹਨਾਂ ਨੇ ਇਹਨਾਂ ਬੱਚਿਆਂ ਦੇ ਉੱਤੇ ਸ਼ੱਕ ਕਰਨਾ। ਸਰਕਾਰੀ ਮਦਦ ਜਿਹੜੀ ਹੈ ਅਜੇ ਤੱਕ ਸਾਡੀ NGO ਨੂੰ ਕੋਈ ਕਿਸੇ ਕਿਸਮ ਦੀ ਨਹੀਂ ਮਿਲ ਰਹੀ ਹੈ। ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਝਾਕ ਵੀ ਨਹੀਂ ਰੱਖਦੇ। ਸਭ ਤੋਂ ਪਹਿਲੀ ਮੁਸ਼ਕਲ ਤਾਂ ਸੀਗੀ ਬੱਚਿਆਂ ਨੂੰ ਅਸੀਂ ਲੈ ਕੇ ਕਿੱਥੇ ਬੈਠੇ, ਬਹੁਤ ਕੁਛ ਸਿਖਾਇਆ ਜ਼ਿੰਦਗੀ ਕੇ ਅਣਜਾਣੇ ਸਫ਼ਰ ਨੇ, ਪਰ ਉਹ ਕਿਤਾਬੋ ਮੇ ਦਰਜ ਥਾ ਹੀ ਨਹੀਂ, ਜੋ ਸਿਖਾਇਆ ਜ਼ਮਾਨੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਨੂ ਕੌੜਾ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ TV 'ਤੇ ਸ਼ੋਅ ਚੱਲ ਰਿਹਾ ਸਫਰੇ ਜ਼ਿੰਦਗੀ। ਜ਼ਿੰਦਗੀ ਦੇ ਸਫ਼ਰ 'ਚ ਸਾਨੂੰ ਕਈ ਮੁਸ਼ਕਿਲਾਂ ਅੰਕੜਾਂ ਆਉਂਦੀਆਂ ਨੇ, ਪਰ ਜਿਹੜੀ ਇਹ ਮੁਸ਼ਕਿਲਾਂ ਨੇ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜ਼ਿੰਦਗੀ 'ਚ ਜਦੋਂ ਅਸੀਂ ਵਿਚਰਦੇ ਹਾਂ ਕਿ ਲੋਕ ਵੀ ਉਹਨਾਂ ਹੀ ਪ੍ਰੋਬਲਮਸ ਨਾਲ ਜੂਝ ਰਹੇ ਨੇ, ਉਹਨਾਂ ਮੁਸ਼ਕਿਲਾਂ ਨਾਲ ਜੂਝ ਰਹੇ ਨੇ ਜਿਹੜੀ ਕਿ ਸਾਡੀ ਜ਼ਿੰਦਗੀ 'ਚ। ਕਹਿੰਦੇ ਨੇ ਨਾ ਵੀ ਸਾਰੇ ਲੋਕ ਸੰਸਾਰ 'ਚ ਦੁਖੀ ਨੇ, ਕੋਈ ਨਹੀਂ ਵੀ ਅਸੀਂ ਇਕੱਲੇ ਹੀ ਦੁਖੀ ਹਾਂ, ਪਰ ਸਾਨੂੰ ਲੱਗਦਾ ਹੈ ਕਈ ਲੋਕ ਇੱਦਾਂ ਦੇ ਹੁੰਦੇ ਨੇ ਜਿਹਨਾਂ ਨੂੰ ਲੱਗਦਾ ਵੀ ਅਸੀਂ ਉਹਨਾਂ ਦੀ ਮੁਸ਼ਕਿਲਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੀਏ, ਸੈਟ ਸਾਡੀ ਆਪਣੀ ਜਿਹੜੀਆਂ ਮੁਸ਼ਕਿਲਾਂ ਨੇ ਉਹ ਵੀ ਘੱਟ ਹੋ ਜਾਣ। ਅੱਜ ਸਾਡੇ ਨਾਲ ਇਹੋ ਜਿਹੀ ਇੱਕ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ 'ਚ ਕੁਝ ਉਜਾਲਾ ਕਰਨ ਦੀ ਕੋਸ਼ਿਸ਼ ਕੀਤੀ। ਸਮਾਈਲ ਨਾਮ ਦੀ ਜਿਹੜੀ NGO ਨੇ ਉਹ ਚਲਾ ਰਹੇ ਨੇ, ਉਹਨਾਂ ਦਾ ਨਾਮ ਹੈ ਮਨਦੀਪ ਸਿੰਘ ਰਜੋਰਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਸਰ, ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਜਿਵੇਂ ਕਿ ਮੈਂ ਹੁਣੇ ਦੱਸਿਆ ਕਿ ਸਮਾਈਲ ਨਾਮ ਦੀ NGO ਤੁਸੀਂ ਚਲਾ ਰਹੇ ਹੋ, ਸਮਾਈਲ ਦਾ ਪਹਿਲਾਂ ਤਾਂ ਅਰਥ ਕੀ ਹੈ? ਦੇਖੋ, ਸਮਾਈਲ ਦਾ ਅਰਥ ਬੇਸਿਕਲੀ ਜੇ ਲਿਆ ਜਾਵੇ ਤਾਂ ਸਮਾਈਲ ਹੈ ਜਿਹੜੀ ਕਿ ਕਿਸੇ ਦੇ ਵੀ ਚਿਹਰੇ 'ਤੇ ਬਹੁਤ ਜਚਦੀ ਹੈ ਅਤੇ ਖੂਬਸੂਰਤੀ ਦੇ ਵਿੱਚ 4 ਚੰਨ ਲਾਉਂਦੀ ਹੈ। ਅਤੇ ਜਿਹੜੀ ਸਮਾਈਲ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ, ਉਹਦਾ ਪੂਰਾ ਨਾਂ ਹੈ ਸਪੋਰਟ ਮੀ ਆਈ ਲਵ ਐਜੂਕੇਸ਼ਨ। ਇਹ ਸਾਡੀ NGO ਜਿਹੜੀ ਕਿ ਬਠਿੰਡੇ ਰਨ ਕਰਦੀ ਹੈ, ਅਸੀਂ ਚਲਾਉਂਦੇ ਹਾਂ, ਉਸ NGO ਦਾ ਇਹ ਪੂਰਾ ਨਾਂ ਹੈ ਜੀ। ਅਤੇ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗੀ ਵੀ ਨਾਮ ਸਮਾਈਲ ਕਿਵੇਂ ਤੁਸੀਂ ਸੋਚਿਆ ਵੀ ਹਾਂ ਸਮਾਈਲ ਨਾਮ ਰੱਖਿਆ ਜਾਵੇ? ਦੇਖੋ, ਪਹਿਲਾਂ ਜਦੋਂ ਅਸੀਂ ਬੱਚਿਆਂ ਨੂੰ ਇਕੱਠਾ ਕੀਤਾ, ਉਹਨਾਂ ਨੂੰ ਪੜ੍ਹਾਉਣਾ ਅਸੀਂ ਸ਼ੁਰੂ ਕੀਤਾ, ਉਸ ਵੇਲੇ ਸਾਡੇ ਦਿਮਾਗ ਦੇ ਵਿੱਚ ਇਹ ਵੀ ਨਹੀਂ ਸੀਗਾ ਕਿ ਇਸ ਤਰ੍ਹਾਂ ਦੀ ਕੋਈ NGO ਬਣੇਗੀ ਜਾਂ ਅਸੀਂ ਉਹਦਾ ਨਾਂ ਰੱਖਣਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਸਾਨੂੰ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਣਾ ਕਿ ਕੋਈ ਨਾਂ ਸਿਰਜਣਾ ਪੈਣਾ ਸਾਨੂੰ, ਕਿਉਂਕਿ NGO ਦਾ ਕਨਸੈਪਟ ਹੀ ਸਾਡੇ ਮਾਇੰਡ 'ਚ ਨਹੀਂ ਸੀਗਾ। ਓਕੇ ਸਰ, ਇੱਥੇ ਇਹ ਵੀ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਇਸ NGO ਦੀ ਤੁਸੀਂ ਸ਼ੁਰੂਆਤ ਕਿਵੇਂ ਕੀਤੀ, ਕਦੋਂ ਮਨ 'ਚ ਆਇਆ ਕਿ ਹਾਂ ਕੁਛ ਕੀਤਾ ਜਾਵੇ ਲੋਕਾਂ ਵਾਸਤੇ ਵੀ? ਦੇਖੋ, ਸ਼ੁਰੂਆਤ ਦੀ ਗੱਲ ਇਸ ਤਰ੍ਹਾਂ ਹੈ ਕਿ ਆਪਣੇ ਆਪਣੇ ਪੜ੍ਹਾਈ ਖਤਮ ਕਰਨ ਤੋਂ ਬਾਅਦ ਅਸੀਂ 3 ਦੋਸਤ, ਮੈਂ, ਅੰਮ੍ਰਿਤਪਾਲ ਸਿੰਘ ਅਤੇ ਤਰਨਜੀਤ ਹੁਣ ਇਸ ਦੁਨੀਆ 'ਚ ਨਹੀਂ ਰਿਹਾ, ਸਾਨੂੰ ਬਹੁਤ ਵੱਡਾ ਲੋਸ ਹੈ ਆਪਣੇ ਆਪ ਨੂੰ ਵੀ ਅਤੇ ਸਾਡੀ ਸੰਸਥਾ ਨੂੰ ਵੀ।
ਅਸੀਂ ਕਾਲਜ ਦੇ ਵਿੱਚ ਜਦੋਂ ਪੜ੍ਹ ਰਹੇ ਸੀ, ਪੜ੍ਹ ਕੇ ਅਤੇ ਅਸੀਂ ਕਾਲਜ 'ਚ ਪੜ੍ਹਾਉਣਾ ਸ਼ੁਰੂ ਕੀਤਾ। ਗਿਆਨੀ ਜੈਲ ਸਿੰਘ ਕਾਲਜ ਦੇ ਵਿੱਚ ਅਸੀਂ ਸਰਵਿਸ ਕਰ ਰਹੇ ਸੀ, ਪੜ੍ਹਾ ਰਹੇ ਸੀ। ਤਰਨਜੀਤ ਜਿਹਦੀ ਮੈਂ ਗੱਲ ਕਰ ਰਿਹਾ, ਉਹ ਆਰਕੀਟੈਕਟ ਡਿਪਾਰਟਮੈਂਟ 'ਚ ਸੀ। ਅੰਮ੍ਰਿਤਪਾਲ ਸਿੰਘ ਮੇਰੇ ਨਾਲ ਮੈਨੇਜਮੈਂਟ ਡਿਪਾਰਟਮੈਂਟ ਦੇ ਵਿੱਚ, ਅਸੀਂ ਅਪਲਾਈਡ ਸਾਇੰਸਿਸ ਦੇ ਵਿੱਚ ਉੱਥੇ ਪੜ੍ਹਾ ਰਹੇ ਸੀਗੇ। ਉੱਥੋਂ ਸਾਡੇ ਦਿਮਾਗ ਦੇ ਵਿੱਚ ਆਇਆ ਕਿ ਇੱਕ ਦਿਨ ਜਦੋਂ ਅਸੀਂ ਗੱਡੀ ਦੇ ਵਿੱਚ ਸੀਗੇ ਫਾਟਕ 'ਤੇ, ਮੇਰੇ ਰਿਹਾਇਸ਼ ਦੇ ਆਲੇ ਦੁਆਲੇ ਹੀ ਉੱਥੇ ਫਾਟਕ ਵੀ ਪੈਂਦੇ ਨੇ, ਅਤੇ ਉਹਨਾਂ ਫਾਟਕਾਂ 'ਤੇ ਜਦੋਂ ਸਾਡੀ ਗੱਡੀ ਰੁਕੀ ਤਾਂ ਬੱਚਿਆਂ ਨੇ ਆ ਕੇ ਨੌਕ ਕੀਤਾ ਅਤੇ ਉਹਨਾਂ ਨੇ ਮੰਗਣਾ ਚਾਹਿਆ। ਅਤੇ ਉਹਨਾਂ ਦੇ ਹੱਥ ਦੇ ਵਿੱਚ ਉਹ ਡੋਲੂ ਸੀਗਾ ਜਿਹੜਾ ਕਿ ਉਹ ਸ਼ਨਿਚਰਵਾਰ ਨੂੰ ਫੜ ਕੇ ਉਹ ਮੰਗਦੇ ਹੁੰਦੇ ਆ, ਜਿਹਦੇ 'ਚ ਤੇਲ ਅਤੇ ਉਹ ਸਾਰਾ, ਉਹ ਇਸ ਤਰ੍ਹਾਂ ਮੰਗਣ ਦਾ ਇੱਕ ਤਰੀਕਾ ਬੱਚਿਆਂ ਦਾ। ਅਤੇ ਸਾਨੂੰ ਲੱਗਿਆ ਵੀ ਨਹੀਂ, ਇਹਨਾਂ ਬੱਚਿਆਂ ਦੇ ਲਈ ਵੀ ਕੁਝ ਕੀਤਾ ਜਾਵੇ, ਕਿਉਂਕਿ ਅਸੀਂ ਤਾਂ ਹੁਣ ਜਿਵੇਂ ਪੜ੍ਹ ਕੇ ਪੜ੍ਹਾ ਵੀ ਰਹੇ ਹਾਂ ਅਤੇ PhD ਤੱਕ ਅਸੀਂ ਸੋਚ ਰਹੇ ਹਾਂ, ਅਤੇ ਇਹਨਾਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਦਾ ਅਰਥ ਹੀ ਨਹੀਂ ਪਤਾ। ਉੱਥੋਂ ਅਸੀਂ ਸ਼ੁਰੂਆਤ ਕੀਤੀ ਕਿ ਸਾਡੀ NGO ਜਿਹੜੀ ਹੈ ਇਹ ਸ਼ੁਰੂ ਹੋਈ, ਅਤੇ ਫਿਰ ਅਸੀਂ ਬੱਚਿਆਂ ਨੂੰ ਇਕੱਠੇ ਕੀਤਾ, ਬੱਚਿਆਂ ਦੇ ਕੋਲ ਅਸੀਂ ਗਏ। ਜਦੋਂ ਬੱਚਿਆਂ ਦੇ ਕੋਲ ਗਏ ਉਦੋਂ ਜ਼ਿਲ੍ਹੇ ਦੇ ਵਿੱਚ, ਬਠਿੰਡੇ ਜ਼ਿਲ੍ਹੇ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਸੀਗੇ। ਉਹਨਾਂ ਇਲੈਕਸ਼ਨਸ ਦੇ ਕਰਕੇ ਪੇਰੈਂਟਸ ਜਦੋਂ ਜਾ ਕੇ ਅਸੀਂ ਉਹਨਾਂ ਕੋਲ ਅਪਰੋਚ ਕੀਤਾ, ਅਤੇ ਉਹਨਾਂ ਨੇ ਸਾਨੂੰ ਕਿਹਾ ਵੀ ਨਹੀਂ, ਅਸੀਂ ਆਪਣੇ ਬੱਚੇ ਨਹੀਂ ਪੜ੍ਹਾਉਣੇ, ਕਿਉਂਕਿ ਵੋਟਾਂ ਦੇ ਦਿਨਾਂ 'ਚ, ਚੋਣਾਵਾਂ ਦੇ ਦਿਨਾਂ 'ਚ, ਚੋਣਾਂ ਦੇ ਦਿਨਾਂ 'ਚ ਇਹ ਸਾਡੇ ਕੋਲ ਆ ਕੇ ਹਰ ਕੋਈ ਕਹਿੰਦਾ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ। ਉਦੋਂ ਸਾਨੂੰ ਹੋਰ ਜ਼ਿਆਦਾ ਧੱਕਾ ਲੱਗਿਆ ਵੀ ਦੇਖੋ, ਇਹਨਾਂ ਪੇਰੈਂਟਸ ਨੂੰ, ਇਹਨਾਂ ਬੱਚਿਆਂ ਨੂੰ ਸੁਸਾਇਟੀ ਦੇ ਉੱਪਰ ਯਕੀਨ ਹੀ ਨਹੀਂ, ਬਿਲਕੁਲ, ਅਤੇ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਦੇ ਲਈ। ਅਤੇ ਫਿਰ ਅਸੀਂ ਸੋਚਿਆ, ਮੈਂ ਅਤੇ ਅੰਮ੍ਰਿਤਪਾਲ ਨੇ, ਤਰਨਜੀਤ ਨੇ ਸੋਚਿਆ ਕਿ ਕਿਵੇਂ ਕੀਤਾ ਜਾਵੇ। ਅੰਮ੍ਰਿਤਪਾਲ ਨੇ ਮੈਨੂੰ ਕਿਹਾ ਵੀ ਤੂੰ ਕੱਲ੍ਹ ਹੀ ਮੰਦੀਪ ਇਹਨਾਂ ਕੋਲ ਪਹੁੰਚ ਲੈ ਕੇ ਸਾਰਾ ਸਮਾਨ, ਮੈਂ ਥੋੜ੍ਹੇ ਜਿਹੇ ਕਾਇਦੇ, ਥੋੜ੍ਹੇ ਆਪਾਂ ਕਹਿ ਲਈਏ ਸਲੇਟ ਸਲੇਟੀਆਂ ਅਤੇ ਕਾਪੀਆਂ ਪੈੱਨ ਨਾਲ ਟੋਫੀਆਂ, ਇਹਨਾਂ ਨੂੰ ਬੜਾ, ਆਪਾਂ ਆਪਣੇ ਘਰਾਂ ਦੇ ਵਿੱਚ ਵੀ ਜੇ ਆਪਾਂ ਕੋਈ ਬੱਚਾ ਪੜ੍ਹਾਉਣਾ ਹੁੰਦਾ ਤਾਂ ਅਸੀਂ ਉਹਨਾਂ ਨੂੰ ਲਾਲਚ ਦਿੰਦੇ ਹਾਂ ਬੱਚਿਆਂ ਨੂੰ, ਅਤੇ ਇਹਨਾਂ ਬੱਚਿਆਂ ਨੂੰ ਵੀ ਅਸੀਂ ਖਿਡੌਣੇ ਅਤੇ ਟੋਫੀਆਂ ਇਹਨਾਂ ਦੇ ਕੋਲ ਜਦੋਂ ਲੈ ਕੇ ਗਏ, ਅਤੇ ਇਹਨਾਂ ਨੂੰ ਅਸੀਂ ਇਕੱਠੇ ਕੀਤਾ। ਇਕੱਠੇ ਕਰਨ ਦਾ ਵੀ ਸਾਨੂੰ ਇੱਕ ਤਰੀਕਾ ਸੀ ਕਿ ਇਹਨਾਂ ਦੇ ਵਿੱਚ ਵੜ ਕੇ ਇਹਨਾਂ ਨੂੰ ਅਸੀਂ ਇਹ ਅਹਿਸਾਸ ਕਰਾਈਏ ਕਿ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਜਾਂ ਤੁਸੀਂ ਸਾਡੇ ਵਰਗੇ ਹੀ ਹੋ। ਸਿਰਫ ਪੜ੍ਹਾਈ ਲਿਖਾਈ ਦਾ ਹੀ ਜਿਹੜਾ ਗੈਪ ਰਹਿ ਗਿਆ, ਜਿਹਨੂੰ ਕਿ ਅਸੀਂ ਪੂਰਨ ਆਏ ਹਾਂ। ਅਸੀਂ ਉਹਨਾਂ ਤੋਂ ਇੱਕ ਝੁੱਗੀ ਖਾਲੀ ਕਰਵਾਈ ਜਿੱਥੇ ਉਹ ਰਹਿੰਦੇ ਹੁੰਦੇ ਸੀਗੇ, ਉਸੇ ਹੀ ਝੁੱਗੀ ਦੇ ਵਿੱਚ, ਉਸੇ ਝੌਂਪੜੀ ਦੇ ਵਿੱਚ ਮੈਂ ਉਹਨਾਂ ਬੱਚਿਆਂ ਨੂੰ ਲੈ ਕੇ ਬੈਠਾ। ਅਤੇ ਹਫ਼ਤੇ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਸਾਡੇ ਕੋਲ, ਥੋੜ੍ਹੀਆਂ ਜਿਹੀਆਂ ਉਮਰ ਦੇ ਵਿੱਚ ਵੱਡੀਆਂ ਕੁੜੀਆਂ, ਜਿਵੇਂ ਆਪਾਂ ਕਹਿ ਲਈਏ ਕਿ 15 ਤੋਂ 18 ਸਾਲ ਤੱਕ ਦੀਆਂ ਕੁੜੀਆਂ ਨੂੰ ਵੀ ਮੇਰੇ ਕੋਲ ਲੈ ਕੇ ਆਏ ਕਿ ਇਹਨਾਂ ਨੂੰ ਵੀ ਪੜ੍ਹਾਓ। ਅੱਛਾ। ਅਤੇ ਉਦੋਂ ਜਦੋਂ ਉਹ ਪੇਰੈਂਟਸ ਜਿਹੜੇ ਕਿ ਸਾਨੂੰ ਪਹਿਲਾਂ ਮਨਾ ਕਰ ਰਹੇ ਸੀ, ਫਿਰ ਉਹ ਆਪਣੀ ਜਦੋਂ ਕੁੜੀਆਂ ਨੂੰ ਲੈ ਕੇ ਆਏ, ਸਾਡਾ ਹੌਸਲਾ ਜਿਹੜਾ ਹੈ ਦੇਖੋ ਵੀ ਹੋਰ ਜ਼ਿਆਦਾ ਵੱਧ ਗਿਆ। ਅਤੇ ਸਾਨੂੰ ਲੱਗਿਆ ਕਿ ਨਹੀਂ, ਅਸੀਂ ਹੁਣ ਇਹ ਮੰਜ਼ਿਲ ਇੱਥੇ ਹੀ ਨਹੀਂ ਸਰ ਕਰਨੀ, ਅਸੀਂ ਹੋਰ ਜ਼ਿਆਦਾ ਅੱਗੇ ਵਧਾਂਗੇ। ਉਹਨਾਂ ਨੂੰ ਪਹਿਲਾਂ ਲੱਗਿਆ ਕਿ ਤੁਸੀਂ ਸ਼ਾਇਦ ਕੋਈ ਪੋਲੀਟੀਸ਼ੀਅਨ ਹੋ, ਹੈ ਨਾ, ਜਿਹੜੇ ਵਾਅਦਾ ਕਰਨ ਆਏ ਨੇ। ਬਿਲਕੁਲ ਬਿਲਕੁਲ, ਦੇਖੋ ਸਮਾਜ ਦੇ ਵਿੱਚ ਸਾਡੇ ਇੱਕ ਇਸ ਤਰ੍ਹਾਂ ਦਾ ਰੁਤਬਾ ਬਣ ਗਿਆ ਹੈ ਰਾਜਨੀਤੀ ਦਾ, ਕਿ ਹੇਠਲੇ ਪੱਧਰ ਦੇ ਉੱਤੇ ਜਿਹੜੇ ਲੋਕ ਨੇ ਉਹਨਾਂ ਨੂੰ ਰਾਜਨੀਤੀ ਅਤੇ ਰਾਜਨੇਤਾਵਾਂ 'ਤੇ ਬਿਲਕੁਲ ਯਕੀਨ ਨਹੀਂ ਹੈ। ਤੇ ਜਿਹੜੀ ਇਹ NGO ਤੁਸੀਂ ਸਟਾਰਟ ਕੀਤੀ, ਤੇ ਉਸ ਤੋਂ ਬਾਦ ਹੌਲੀ ਹੌਲੀ ਤੁਸੀਂ ਕਿਹਾ ਵੀ ਮੈਂ ਪੜਾਣਾ ਸਟਾਰਟ ਕੀਤਾ, ਤੁਹਾਡੇ ਫਰੈਂਡਸ ਵੀ ਜਾਂਦੇ ਸੀਗੇ ਨਾਲ? ਜੀ ਬਿਲਕੁਲ ਬਿਲਕੁਲ, ਅਸੀਂ ਦੋ ਗਰੁੱਪ ਚਾਲੂ ਕੀਤੇ ਕਿ ਬੱਚਿਆਂ ਨੂੰ, ਕਿਉਂਕਿ ਜੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਪੜ੍ਹਾਉਣਾ ਹੈ ਤਾਂ ਦੇਖੋ ਇੱਕ ਬੱਚਿਆਂ ਨੂੰ ਅਸੀਂ ਐਵਰੇਜ ਲੈ ਕੇ ਚੱਲੇ ਕਿ ਇੱਕ ਵਲੰਟੀਅਰ ਜਿਹੜਾ ਹੈ ਉਹ 20 ਬੱਚਿਆਂ ਨੂੰ ਹੀ ਵਧੀਆ ਪੜ੍ਹਾ ਸਕਦਾ। ਬਿਲਕੁਲ, ਨਹੀਂ ਤਾਂ ਸਾਰੇ ਬੱਚਿਆਂ ਨੂੰ ਐਂਟਰਟੇਨ ਕਰਨ ਵਾਲੀ ਗੱਲ ਹੋ ਜਾਂਦੀ ਹੈ ਕਿ ਕਿਸੇ ਨੂੰ ਖਵਾਉਣਾ ਪਿਆਉਣਾ, ਉਦੋਂ ਤਾਂ ਭਾਵੇਂ ਜਿੰਨੇ ਮਰਜ਼ੀ ਬੱਚੇ ਬਿਠਾ ਲਓ, ਜੇ ਪੜ੍ਹਾਉਣਾ ਹੈ ਸਹੀ ਮਾਨਿਆਂ ਦੇ ਵਿੱਚ, ਇਕੱਲੇ ਇਕੱਲੇ ਨੂੰ ਜੇ ਤੁਸੀਂ ਸਲੇਟ ਦੇ ਉੱਤੇ ਕੰਮ ਪਾ ਕੇ ਦੇਣਾ, ਉਹਦਾ ਕੰਮ ਚੈੱਕ ਕਰਨਾ, ਉਹਨੂੰ ਹੱਥ ਫੜ ਕੇ ਜੇ ਨਿੱਕੇ ਜਵਾਕ ਨੂੰ ਤੁਸੀਂ ਬਿਠਾਉਣਾ ਤਾਂ 20 ਤੋਂ ਵੱਧ ਬੱਚੇ ਇੱਕ ਵਲੰਟੀਅਰ ਐਂਟਰਟੇਨ ਨਹੀਂ ਸੀ ਕਰ ਸਕਦਾ। ਇਸ ਲਈ ਫਿਰ ਅਸੀਂ ਕੀ ਕੀਤਾ ਕਿ 20-20 ਬੱਚਿਆਂ ਦੇ ਗਰੁੱਪ ਬਣਾ ਕੇ ਅਸੀਂ 2-3 ਵਲੰਟੀਅਰ ਉਹਨਾਂ ਕੋਲ ਜਾਣ ਲੱਗ ਗਏ, ਅਤੇ ਉਹਨਾਂ ਨੂੰ ਲੈ ਕੇ ਬਹਿੰਦੇ ਹੁੰਦੇ ਸੀਗੇ। ਇਸ ਤਰ੍ਹਾਂ ਉਹਨਾਂ ਨੂੰ ਅਸੀਂ ਸ਼ੁਰੂ ਕਰਦੇ, ਅਤੇ ਉਹ ਜਿਹੜੀਆਂ ਵੱਡੀਆਂ ਕੁੜੀਆਂ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ,
ਉਹਨਾਂ ਨੂੰ ਅਸੀਂ ਸ਼ੁਰੂਆਤ ਦੇ ਵਿੱਚ ਉਹਨਾਂ ਦਾ ਨਾਂ ਲਿਖਾਉਣਾ ਸਿਖਾਇਆ ਸਲੇਟ ਦੇ ਉੱਤੇ, ਅਤੇ ਜਦੋਂ ਉਹਨਾਂ ਨੇ ਆਪਣਾ ਨਾਂ ਲਿਖ ਲਿਆ ਸਲੇਟ ਦੇ ਉੱਤੇ ਅਤੇ ਉਹ ਲਿਖ ਕੇ ਉਹਨਾਂ ਨੇ ਪ੍ਰੈਕਟਿਸ ਕੀਤੀ ਅਤੇ ਉਹ ਬਹੁਤ ਖੁਸ਼ ਹੋਈਆਂ, ਉਹਨਾਂ ਦਾ ਕੌਨਫੀਡੈਂਸ ਉਸੇ ਚੀਜ਼ ਨਾਲ ਹੀ ਬਿਲਟ ਅਪ ਹੋ ਗਿਆ ਅਤੇ ਉਹ ਕਹਿੰਦੀਆਂ ਵੀ ਅਸੀਂ ਗਾਹਾਂ ਪੜ੍ਹਨਾ ਹੈਗਾ, ਉਹ ਇਸ ਕਵਾਇਦ ਦੇ ਵਿੱਚ ਇਸ ਲੜੀ ਦੇ ਵਿੱਚ ਸਾਡੇ ਨਾਲ ਆ ਗਏ। ਇੱਕ ਸਾਲ ਅਸੀਂ ਉਹਨਾਂ ਬੱਚਿਆਂ ਨੂੰ ਤਿਆਰ ਕੀਤਾ, ਉਹਨਾਂ ਬੱਚਿਆਂ ਦੇ ਬੇਸਿਕ ਕਲੀਅਰ ਕਰਕੇ, ਉਹਨਾਂ ਨੂੰ ਲੈਂਗੁਏਜ ਸਿਖਾ ਕੇ, ਆਪਾਂ ਕਹਿ ਲਈਏ ਕਿ ਊੜਾ ਆੜਾ ਸਿਖਾ ਕੇ ਉਹਨਾਂ ਨੂੰ, ਹੈ ਨਾ, ਬੇਸਿਕ ਸਿਖਾ ਕੇ, ਏ ਬੀ ਸੀ ਸਿਖਾ ਕੇ, ਅਸੀਂ ਉਹਨਾਂ ਨੂੰ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਪਾਉਣਾ ਚਾਹਿਆ ਉਹਨਾਂ ਨੂੰ। ਓਕੇ, ਪਰ ਸਾਨੂੰ ਸੁਸਾਇਟੀ ਦੀ ਵੀ ਮਦਦ ਬਹੁਤ ਮਿਲੀ, ਤੁਹਾਡੇ ਮੇਰੇ ਵਰਗੇ ਜਿਹੜੇ ਸਾਡੇ ਹੋਰ ਦੋਸਤ ਸੀਗੇ ਉਹ ਕਹਿੰਦੇ ਵੀ ਦੱਸੋ ਅਸੀਂ ਤੁਹਾਡੀ ਕਿਵੇਂ ਮਦਦ ਕਰੀਏ। ਅਸੀਂ ਫਿਰ ਉਹਨਾਂ ਤੱਕ ਇਹ ਅਪਰੋਚ ਕੀਤਾ ਕਿ ਜਿਹੜੇ ਸਾਡੇ ਬ੍ਰਿਲੀਅੰਟ ਸਟੂਡੈਂਟ ਨੇ ਜਿਹੜੇ ਬਹੁਤ ਵਧੀਆ ਚੱਲ ਗਏ ਨੇ, ਤੁਸੀਂ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੁੱਕ ਲਓ ਇੱਕ ਇੱਕ ਬੱਚੇ ਦਾ। ਅਤੇ ਇਸੇ ਤਰ੍ਹਾਂ ਸ਼ਹਿਰ ਦੇ ਜਿਹੜੇ ਸਰਦੇ ਪੁੱਜ ਦੇ ਘਰ ਸੀਗੇ ਉਹਨਾਂ ਨੇ ਇੱਕ ਇੱਕ ਬੱਚੇ ਦੇ ਪੜ੍ਹਾਈ ਲਿਖਾਈ ਦਾ ਖਰਚਾ ਚੁੱਕਿਆ, ਅਤੇ ਤੁਹਾਡੇ ਮੇਰੇ ਵਰਗੇ ਦੀ ਜਿਵੇਂ ਕਿਸੇ ਸਕੂਲ ਦੇ ਵਿੱਚ ਜਾਣ ਪਛਾਣ ਹੈ, ਉਹਨਾਂ ਨੇ ਕਿਹਾ ਵੀ ਮੈਂ ਇਸ ਸਕੂਲ ਨੂੰ ਕਹਿ ਦਿੰਦਾ ਇਹ ਬੱਚਾ ਤੁਸੀਂ ਇਸ ਸਕੂਲ 'ਚ ਦਾਖਲ ਕਰਾ ਦਿਓ। ਇਸ ਤਰ੍ਹਾਂ ਵੀ ਹੋਇਆ, ਤਾਂ ਇਸ ਤਰ੍ਹਾਂ ਕੀ ਹੋਇਆ ਕਿ ਜਿਹੜੇ ਬੱਚੇ ਸਾਡੇ ਥੋੜ੍ਹੇ ਜਿਹੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਦਾਖਲ ਹੋਏ, ਥੋੜ੍ਹੇ ਜਿਹੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਦਾਖਲ ਹੋਏ, ਅਤੇ ਜਿਹੜੇ ਬ੍ਰਿਲੀਅੰਟ ਸਟੂਡੈਂਟ ਸੀਗੇ ਸਾਡੇ ਉਹ ਅਸੀਂ ਲੋਕਾਂ ਤੋਂ ਸਪੋਂਸਰ ਕਰਾ ਕੇ, ਸਪੋਂਸਰਸ਼ਿਪ ਦੇ ਵਿੱਚ ਅਸੀਂ ਇਹ ਰੱਖਦੇ ਹਾਂ ਵੀ ਇੱਕ ਬੱਚੇ ਦਾ ਮੰਥਲੀ 1000 ਰੁਪਇਆ ਖਰਚਾ ਤੁਸੀਂ ਦੇਣਾ ਜੇ ਤੁਸੀਂ ਇੱਕ ਬੱਚਾ ਸਪੋਂਸਰ ਕਰਨਾ। ਅਤੇ ਉਹਦੇ ਵਿੱਚ 12,000 ਰੁਪਇਆ ਇੱਕ ਬੱਚੇ ਦਾ ਖਰਚਾ ਜਿਹੜਾ ਹੈ ਅਸੀਂ ਇੱਕ ਬੰਦੇ ਤੋਂ ਲੈਂਦੇ ਹਾਂ ਵੀ ਤੁਸੀਂ ਜੇ ਇਹ ਬੱਚਾ ਸਪੋਂਸਰ ਕੀਤਾ ਇਹਦੀ ਪੜ੍ਹਾਈ ਲਿਖਾਈ ਦਾ ਹੁਣ ਸਾਰਾ ਜ਼ਿੰਮੇਵਾਰੀ ਤੁਹਾਡੀ, ਅਸੀਂ ਤੁਹਾਨੂੰ ਇਹਦਾ ਵੇਰਵਾ ਦੇਵਾਂਗੇ ਟਾਈਮ ਟੂ ਟਾਈਮ, ਇਹਦੀ ਜਿਹੜੀ ਹੈ ਰਿਪੋਰਟਿੰਗ ਅਸੀਂ ਤੁਹਾਨੂੰ ਕਰਾਂਗੇ, ਤੁਸੀਂ ਇਹਦੇ ਫਾਈਨੈਂਸ਼ੀਅਲ ਗਾਰਡਨ ਨੂੰ, ਅਸੀਂ ਇਹਨਾਂ ਦੇ ਵੈਸੇ ਕੇਅਰਟੇਕਰ ਹੋ ਗਏ, ਗਾਰਡੀਅਨ ਹੋ ਗਏ, ਪੇਰੈਂਟਸ ਵਜੋਂ ਅਸੀਂ ਸਕੂਲ ਦੇ ਵਿੱਚ ਇਹਨਾਂ ਨੂੰ ਦੇਖਾਂਗੇ। ਅਤੇ ਇੱਕ ਇਸ ਤਰ੍ਹਾਂ ਦੀ ਸਾਡੀ ਸੁਸਾਇਟੀ ਦੇ ਨਾਲ ਇੱਕ ਤਾਲਮੇਲ ਬਣਿਆ ਅਤੇ ਸਾਡੇ ਬਹੁਤ ਸਾਰੇ ਬੱਚੇ ਸਪੋਂਸਰ ਹੋ ਗਏ, ਜਿਸ ਦੇ ਵਿੱਚ ਉੱਥੇ ਸੇਂਟ ਜੋਸਫ ਸਕੂਲ ਹੈ ਬਠਿੰਡੇ, ਕੋਨਵੈਂਟ ਸਕੂਲ ਹੈ, ਉਸ ਦੇ ਸਕੂਲ ਦੇ ਵਿੱਚ ਹੀ ਇੱਕ ਪੰਜਾਬੀ ਮੀਡੀਅਮ ਵੀ ਹੈ ਸੇਂਟ ਜੋਸਫ ਕੋਨਵੈਂਟ ਸਕੂਲ, ਅਤੇ ਸਾਡੇ 20 ਕੁ ਬੱਚੇ ਜੋਸਫ ਦੇ ਵਿੱਚ ਵੀ ਜਾਣ ਲੱਗੇ। ਇਸ ਤਰ੍ਹਾਂ ਕਿ ਕੋਨਵੈਂਟ ਸਕੂਲ ਤੱਕ ਜਿਨ੍ਹਾਂ ਬੱਚਿਆਂ ਦੀ ਅਪਰੋਚ ਨਹੀਂ ਸੀ ਉਹ ਬੱਚੇ ਵੀ ਜਾਣ ਲੱਗੇ, ਅਤੇ ਉਹ ਜਿਹੜੇ 12,000 ਰੁਪਇਆਂ ਦੀ ਅਸੀਂ ਗੱਲ ਕੀਤੀ ਹੈ ਉਸੇ 12,000 ਰੁਪਇਆਂ ਦੇ ਵਿੱਚ ਅਸੀਂ ਇਹਨਾਂ ਬੱਚਿਆਂ ਦੇ ਟਰਾਂਸਪੋਰਟੇਸ਼ਨ ਦਾ ਖਰਚਾ ਵੀ ਅਸੀਂ ਚੁੱਕਦੇ, ਕਿਉਂਕਿ ਇਹਨਾਂ ਬੱਚਿਆਂ ਨੂੰ ਜਦੋਂ ਅਸੀਂ ਸਰਕਾਰੀ ਸਕੂਲ ਦੇ ਵਿੱਚ ਲਾਇਆ ਸ਼ੁਰੂ ਦੇ ਵਿੱਚ ਅਸੀਂ ਦੇਖਿਆ ਵੀ ਇਹ ਬੱਚੇ ਜਿਹੜੇ ਸਰਕਾਰੀ ਸਕੂਲ ਇਹਨਾਂ ਦੇ ਘਰਾਂ ਦੇ ਨੇੜੇ ਬਣੇ ਹੋਏ ਨੇ, ਪ੍ਰਾਇਮਰੀ ਸਰਕਾਰੀ ਸਕੂਲ ਜਿਹੜੇ ਨੇ ਉੱਥੋਂ ਇਹ ਬੱਚੇ ਜ਼ਿਆਦਾ ਇੰਟਰਸਟ ਨਹੀਂ ਸੀ ਦਿਖਾ ਰਹੇ ਜਾਂ ਵਾਪਸ ਆ ਜਾਂਦੇ ਸੀਗੇ ਘਰਾਂ ਦੇ ਵਿੱਚ ਨੇੜੇ ਹੋਣ ਕਰਕੇ, ਉਹ ਅੱਧੀ ਛੁੱਟੀ ਕਹਿ ਲਓ ਜਾਂ ਵਿਚਦੀ ਕਹਿ ਲਓ ਉਹ ਨਿਕਲ ਆਉਂਦੇ ਭੱਜੇ ਆਉਂਦੇ, ਉਹ ਇੰਟਰਸਟ ਨਹੀਂ ਸੀ ਦਿਖਾ ਰਹੇ। ਅਸੀਂ ਫਿਰ ਕੀ ਕੀਤਾ, ਜੇ ਸਰਕਾਰੀ ਸਕੂਲ 'ਚ ਅਸੀਂ ਸੋਚਿਆ ਵੀ ਇਹਨਾਂ ਨੂੰ ਲਾਉਣਾ ਤਾਂ ਵੈੱਲ ਐਸਟੈਬਲਿਸ਼ਡ ਜਿਹੜੇ ਸਰਕਾਰੀ ਸਕੂਲ ਨੇ ਜਿਨ੍ਹਾਂ ਦਾ ਇਨਫਰਾਸਟ੍ਰਕਚਰ ਪੂਰਾ ਹੈ, ਜਿੱਥੇ ਅਧਿਆਪਕਾਂ ਦੀ ਸਟਰੈਂਥ ਪੂਰੀ ਹੈ, ਅਸੀਂ ਉੱਥੇ ਲਾਈਏ, ਨਹੀਂ ਤਾਂ ਫਿਰ ਅਸੀਂ ਜਿਹੜੇ ਸਾਡੇ ਸਪੋਂਸਰ ਸੀਗੇ ਉਹਨਾਂ ਨਾਲ ਸਲਾਹ ਕਰਕੇ ਥੋੜ੍ਹੇ ਬੱਚਿਆਂ ਨੂੰ ਅਸੀਂ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਵੀ ਪਾਇਆ। ਅਤੇ ਹੁਣ ਅਸੀਂ ਜਿੱਥੇ ਕਿਤੇ ਇਹ ਸਲਮ ਨੇ ਉੱਥੇ ਹੀ ਅਸੀਂ ਗਰੁੱਪ ਬਣਾਏ ਨੇ, 4 ਸਾਡੇ ਗਰੁੱਪ ਚੱਲ ਰਹੇ ਨੇ ਇਸ ਵੇਲੇ ਬਠਿੰਡੇ ਦੇ ਵਿੱਚ, 4 ਗਰੁੱਪਾਂ ਦੇ ਵਿੱਚ ਟੋਟਲ ਸਾਡੇ ਕੋਲ 300 ਦੇ ਕਰੀਬ 280+ ਬੱਚੇ ਪੜ੍ਹ ਰਹੇ ਨੇ ਇਸ ਵੇਲੇ, ਸਿੱਖਿਆ ਲੈ ਰਹੇ ਨੇ। ਅਤੇ ਉਹ ਸਾਰੇ ਸਾਡੇ ਕੋਲ ਪਹਿਲਾਂ ਦਿਨੇ ਆਉਂਦੇ ਹੁੰਦੇ ਸੀਗੇ, ਉਹ ਹੁਣ ਜਦੋਂ ਅਸੀਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਾਤਾ ਦਿਨੇ ਉਹ ਦੂਜੇ ਸ਼ਹਿਰ ਦੇ ਹੋਰ ਜਿਹੜੇ ਬੱਚੇ ਨੇ ਪੜ੍ਹੇ ਲਿਖੇ ਵਰਗ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਬੱਚਿਆਂ ਦੇ ਵਾਂਗ ਹੀ ਉਹ ਗੱਡੀਆਂ ਦੇ ਵਿੱਚ ਸਕੂਲ 'ਚ ਜਾਂਦੇ ਆ ਅਤੇ ਗੱਡੀ ਦੇ ਵਿੱਚ ਹੀ ਫਿਰ ਉਹ ਸਕੂਲ ਨੂੰ ਵਾਪਸ ਆਉਂਦੇ ਆ। ਸ਼ਾਮ ਨੂੰ ਉਹ ਸਾਡੇ ਕੋਲ ਈਵਨਿੰਗ ਕਲਾਸਾਂ ਦੇ ਵਿੱਚ ਆ ਜਾਂਦੇ ਨੇ, ਜਿਵੇਂ ਕਿ ਕਹਿ ਲਓ ਕਿ ਉਹਨਾਂ ਦੇ ਟਿਊਸ਼ਨ ਵਰਕ ਹੋ ਜਾਂਦਾ ਹੈਗਾ ਸਾਡੇ ਕੋਲ। ਜਦੋਂ ਉਹ ਸ਼ਾਮ ਨੂੰ ਆਉਂਦੇ ਆ ਤਾਂ ਬਹੁਤ ਸਾਰੇ ਲੋਕ ਹੁਣ ਉਹਨਾਂ ਨੂੰ 4 ਗਰੁੱਪਾਂ ਦੇ ਵਿੱਚ ਐਂਟਰਟੇਨ ਕਰਨ ਆਉਂਦੇ ਆ, ਜਿਵੇਂ ਕਿਸੇ ਦਾ ਜਨਮਦਿਨ ਹੋ ਗਿਆ, ਕਿਸੇ ਦੀ ਬਰਥ ਐਨੀਵਰਸਰੀ ਹੋ ਗਈ, ਕਿਸੇ ਨੇ ਜਾਂ ਕੋਈ ਹੋਰ ਦਾਨ ਪੁੰਨ ਕਰਨਾ, ਕਿਸੇ ਓਕੇਜ਼ਨ ਮੌਕੇ, ਕਿਸੇ ਤਿਉਹਾਰ ਮੌਕੇ, ਉਹ ਉਹਨਾਂ ਬੱਚਿਆਂ ਦੇ ਕੋਲ ਆਉਂਦੇ ਆ ਅਤੇ ਸਾਨੂੰ ਪੁੱਛਦੇ ਆ ਵੀ ਕਿਹੜੀ ਚੀਜ਼ ਤੁਹਾਨੂੰ ਲੋੜੀਂਦੀ ਹੈ, ਕੋਈ ਸਟੇਸ਼ਨਰੀ ਹੋ ਗਈ, ਬੱਚਿਆਂ ਦੇ ਕੱਪੜੇ ਲੀੜੇ ਹੋ ਗਏ, ਕੋਈ ਇਸ ਤਰ੍ਹਾਂ ਦੀ ਜੋ ਵੀ ਚੀਜ਼ ਸਾਨੂੰ ਪੁੱਛਦੇ ਆ ਕਿ ਕਿਹੜੇ ਗਰੁੱਪ ਦੇ ਵਿੱਚ ਕਿੰਨੇ ਬੱਚਿਆਂ ਦੇ ਲਈ ਚੀਜ਼ਾਂ ਰਿਕੁਆਇਰਡ ਨੇ, ਉਹ ਅਸੀਂ ਤੁਹਾਨੂੰ ਦਿੰਦੇ ਹਾਂ।
ਤੇ ਤੁਸੀਂ ਇਹਨਾਂ ਬੱਚਿਆਂ ਨੂੰ ਐਂਟਰਟੇਨ ਕਰੋ ਤੇ ਟ੍ਰਾਂਸਪੇਰੈਂਸੀ ਵੀ ਪੂਰੀ ਰਹਿੰਦੀ ਹੈ ਫਿਰ ਜੋ ਜੀ ਬਿਲਕੁਲ ਕਿਉਂਕਿ ਟ੍ਰਾਂਸਪੇਰੈਂਸੀ ਦੇਖੋ ਅਸੀਂ ਜੂਨ 2015 ਦੇ ਵਿੱਚ ਫਿਰ ਇਸ ਨੂੰ ਅਸੀਂ ਰਜਿਸਟਰ ਕਰਾ ਲਿਆ ਸੀਗਾ ਕਿਉਂਕਿ ਬੱਚੇ ਸਾਡੇ ਕੋਲ ਵੱਧ ਰਹੇ ਸੀ ਤਾਂ ਫਿਰ ਸਾਡੇ ਜਿਹੜੇ ਪੇਰੈਂਟਸ ਕਹਿ ਲਓ ਸਾਡੇ ਗਾਰਡੀਅਨ ਕਹਿ ਲਓ ਜਾਂ ਸਾਡੇ ਬਜ਼ੁਰਗ ਕਹਿ ਲਓ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਹੁਣ ਤੁਸੀਂ ਇਸ ਨੂੰ ਇੱਕ ਐਨ ਜੀ ਓ ਦਾ ਰੂਪ ਦੇ ਦਿਓ ਕਿਉਂਕਿ ਹੁਣ ਤੁਹਾਡੀ ਜ਼ਿੰਮੇਵਾਰੀ ਸੁਸਾਇਟੀ ਪ੍ਰਤੀ ਇਹਨਾਂ ਬੱਚਿਆਂ ਦੇ ਪ੍ਰਤੀ ਵੱਧ ਗਈ ਹੈ ਅਤੇ ਅਸੀਂ ਫਿਰ ਇਸ ਨੂੰ ਰਜਿਸਟਰ ਕਰਾ ਲਿਆ ਸੀਗਾ ਸਪੋਰਟ ਮੀ ਆਈ ਲਵ ਐਜੂਕੇਸ਼ਨ ਦੇ ਨਾਂ ਤੋਂ ਇਹਦਾ ਵੀ ਤੁਸੀਂ ਦੇਖੋ ਕਿ ਜਦੋਂ ਅਸੀਂ ਨਾਂ ਚੁਣ ਰਹੇ ਸੀਗੇ ਸਮਾਈਲ ਅਸੀਂ ਕਿਵੇਂ ਚੁਣਿਆ ਅਸੀਂ ਰਜਿਸਟਰ ਕਰਾਉਣ ਲੱਗੇ ਅਸੀਂ ਮੈਂ ਤਰਨਜੀਤ ਅੰਮ੍ਰਿਤਪਾਲ ਅਤੇ ਹੋਰ ਸਾਰੇ ਕਈ ਦੋਸਤ ਅਸੀਂ ਬੈਠੇ ਸੀਗੇ ਉਹਨਾਂ ਦੇ ਵਿੱਚ ਅਸੀਂ ਸੋਚੀ ਜਾਈਏ ਵੀ ਨਾਂ ਕੀ ਰੱਖੀਏ ਨਾਂ ਕੀ ਰੱਖੀਏ ਸਾਡੇ ਦਿਮਾਗ ਦੇ ਵਿੱਚ ਸਟ੍ਰਾਈਕ ਕਰ ਰਿਹਾ ਸੀਗਾ ਅਤੇ ਤਰਨਜੀਤ ਜੀ ਦੀ ਮੈਂ ਗੱਲ ਕੀਤੀ ਕਿ ਫਿਜ਼ੀਕਲੀ ਸਾਡੇ ਨਾਲ ਨਹੀਂ ਹੈ ਬਟ ਵੈਸੇ ਹਮੇਸ਼ਾ ਸਾਡੇ ਨਾਲ ਹੈ ਤਰਨ ਤਰਨ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿ ਹਾਂ ਕਹਿੰਦਾ ਇਟਸ ਸ਼ੁੱਡ ਬੀ ਸਮਾਈਲ ਸਪੋਰਟ ਮੀ ਆਈ ਲਵ ਐਜੂਕੇਸ਼ਨ ਸਾਡਾ ਜਿਹੜਾ ਲੋਗੋ ਹੈ ਉਹਦੇ ਵਿੱਚ ਵੀ ਕਿ ਇੱਕ ਬੱਚਾ ਜਿਹੜਾ ਹੈ ਉਹ ਆਪਣੇ ਪੇਰੈਂਟਸ ਦਾ ਹੱਥ ਫੜ ਕੇ ਜਾ ਰਿਹਾ ਅਤੇ ਉਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਸਪੋਰਟ ਕਰੋ ਮੈਨੂੰ ਪੜ੍ਹਨਾ ਚੰਗਾ ਲੱਗਦਾ ਇਹੀ ਸਾਡਾ ਮੋਟੋ ਹੈ ਸਾਡੀ ਐਜੂਕੇਸ਼ਨ ਦਾ ਸਾਡੀ ਐਨ ਜੀ ਓ ਦਾ ਵੀ ਕਿ ਇਹਨਾਂ ਬੱਚਿਆਂ ਨੂੰ ਤੁਸੀਂ ਸਪੋਰਟ ਕਰੋ ਇੱਕ ਇੱਕ ਬੱਚੇ ਦੀ ਐਜੂਕੇਸ਼ਨ ਦਾ ਖਰਚਾ ਜ਼ਰੂਰ ਚੁੱਕੋ ਕਿਉਂਕਿ ਦੇਖੋ 1000 ਰੁਪਇਆ ਆਪਾਂ ਕਿਸੇ ਨੋ ਰੈਸਟੋਰੈਂਟ 'ਤੇ ਜਾਈਏ ਉੱਥੇ ਆਪਾਂ ਦਿਨ ਦੇ ਵਿੱਚ ਖਰਚ ਦਿੰਦੇ ਹਾਂ ਦੇਖੋ ਕਿਤੇ ਇੱਕ ਬੱਚੇ ਦਾ ਸਾਲਾਨਾ ਤੁਸੀਂ 12000 ਰੁਪਇਆ ਦੇ ਕੇ 1000 ਰੁਪਇਆ ਮਹੀਨੇ ਦੇ ਹਿਸਾਬ ਨਾਲ ਦੇ ਕੇ ਇੱਕ ਬੱਚਾ ਪੜ੍ਹਾ ਸਕਦੇ ਹੋ ਸੋਸਾਇਟੀ ਦੇ ਪ੍ਰਤੀ ਬਹੁਤ ਵੱਡਾ ਇੱਕ ਯੋਗਦਾਨ ਜਿਹੜਾ ਹੈ ਕੋਈ ਵੀ ਪਾ ਸਕਦਾ ਹੈਗਾ ਅਤੇ ਇਹ ਤਾਂ ਚਲੋ ਅਸੀਂ ਐਨ ਜੀ ਓ ਬਣਾਈ ਸੀਗੀ ਤਾਂ ਅਸੀਂ ਸੋਚਦੇ ਹਾਂ ਵੀ ਉੱਥੇ ਇਸ ਤਰ੍ਹਾਂ ਬੱਚੇ ਸਪੋਂਸਰ ਹੋ ਜਾਣ ਅਤੇ ਉਹ ਬੱਚੇ ਪੜ੍ਹਨ ਪਰ ਦੇਖੋ ਜਿੱਥੇ ਕਿਤੇ ਵੀ ਕੋਈ ਵੀ ਇਸ ਗੱਲ ਨੂੰ ਜਾਂ ਮੇਰੀ ਆਪਣੀ ਗੱਲਾਂ ਨੂੰ ਸੁਣ ਰਿਹਾ ਤਾਂ ਉਹ ਇਹ ਕਰ ਸਕਦਾ ਕਿ ਜਿੱਥੇ ਕਿਤੇ ਵੀ ਉਹਨੂੰ ਲੱਗੇ ਕਿ ਮੇਰੇ ਰਿਸ਼ਤੇਦਾਰੀ ਦੇ ਵਿੱਚ ਮੇਰੇ ਆਂਢ ਗੁਆਂਢ ਦੇ ਵਿੱਚ ਮੇਰੇ ਪੜੋਸ ਦੇ ਵਿੱਚ ਮੇਰੇ ਪ੍ਰੋਫੈਸ਼ਨ ਦੇ ਵਿੱਚ ਮੇਰੇ ਜੋਬ ਦੇ ਵਿੱਚ ਜੇ ਕੋਈ ਬੱਚਾ ਅਜਿਹਾ ਕਿ ਉਹ ਪੜ੍ਹਨਾ ਚਾਹੁੰਦਾ ਤਾਂ ਉਸ ਨੂੰ ਆਪਾਂ ਇਸ ਤਰੀਕੇ ਨਾਲ ਸਪੋਰਟ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਅਤੇ ਨਾਮ ਵੀ ਸਮਾਈਲ ਬੜਾ ਵਧੀਆ ਲੱਗਦਾ ਕਿ ਕਿਸੇ ਦੇ ਚਿਹਰੇ 'ਤੇ ਸਮਾਈਲ ਦੇਣਾ ਅਤੇ ਆਈ ਲਵ ਐਜੂਕੇਸ਼ਨ ਜਿਹੜਾ ਹੈਗਾ ਉਹ ਵੀ ਬਹੁਤ ਵਧੀਆ ਲੱਗਦਾ ਕਿਉਂਕਿ ਐਜੂਕੇਸ਼ਨ ਹੀ ਇੰਡੀਆ ਦੀ ਬੈਕਬੋਨ ਕਹਿ ਰਿਹਾ ਵਾਕਈ ਬੱਚਾ ਕਹਿ ਰਿਹਾ ਕਿ ਮੈਨੂੰ ਐਜੂਕੇਸ਼ਨ ਪਸੰਦ ਹੈ ਇਹ ਅਸੀਂ ਤਾਂ ਵੀ ਰੱਖਿਆ ਇਹ ਸੂਟ ਕੀਤਾ ਬੱਚਿਆਂ ਨੇ ਸਾਡੇ ਇਸ ਐਨ ਜੀ ਓ ਦੇ ਨਾਂ ਨੂੰ ਨਾ 4 ਚੰਨ ਲਗਾ ਦਿੱਤੇ ਉਹ ਕਿਵੇਂ ਕਿਉਂਕਿ ਜਦੋਂ ਬੱਚਿਆਂ ਨੂੰ ਅਸੀਂ ਪੜ੍ਹਾਉਣਾ ਸ਼ੁਰੂ ਕੀਤਾ ਇਹਨਾਂ ਬੱਚਿਆਂ ਨੇ ਇੰਨਾ ਕੁ ਇੰਟਰਸਟ ਦਿਖਾਇਆ ਨਾ ਇੰਨਾ ਇੰਟਰਸਟ ਦਿਖਾਇਆ ਕਿ ਇਹਨਾਂ ਬੱਚਿਆਂ ਨੂੰ ਦੇਖੋ ਵੀ ਉਮਰ ਦੇ ਮੁਤਾਬਕ 6 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਅਸੀਂ ਤਿਆਰ ਕਰਕੇ ਉਸੇ ਸਕੂਲ ਦੇ ਵਿੱਚ ਉਸੇ ਕਲਾਸ ਦੇ ਵਿੱਚ ਪਾਤਾ ਜਿਵੇਂ ਮੰਨ ਲਓ ਇੱਕ ਬੱਚਾ ਜਿਹੜਾ ਕਿ ਪਹਿਲਾਂ ਕਦੇ ਸਕੂਲ ਨਹੀਂ ਗਿਆ ਜਦੋਂ ਉਸ ਨੂੰ ਦੂਜੀ ਕਲਾਸ ਜਾਂ ਤੀਜੀ ਕਲਾਸ ਦੇ ਵਿੱਚ ਪਾਇਆ ਜਾ ਰਿਹਾ ਦੇਖੋ ਤੁਸੀਂ ਜਿਹੜੀਆਂ ਪ੍ਰੀ ਨਰਸਰੀ ਕਲਾਸਾਂ ਨੇ ਉਹਨਾਂ ਦਾ ਸਾਰਿਆਂ ਦਾ ਗੈਪ ਉਹਨਾਂ ਬੱਚਿਆਂ ਨੇ 6 ਕੁ ਮਹੀਨਿਆਂ ਦੇ ਵਿੱਚ ਕਲੀਅਰ ਕਰਕੇ ਅਤੇ ਦਿਖਾਇਆ ਜਿਤਾਇਆ ਕਿ ਸਾਨੂੰ ਐਜੂਕੇਸ਼ਨ ਇੰਨੀ ਕੁ ਪਿਆਰੀ ਹੈ ਪਸੰਦ ਹੈ ਸਾਨੂੰ ਐਜੂਕੇਸ਼ਨ ਬਿਲਕੁਲ ਅਤੇ ਇੱਥੇ ਰਜੋਰਾ ਜੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਵਿਹੜਾ ਹੋ ਗਿਆ ਨਿੱਕੇ ਜੇ ਬ੍ਰੇਕ ਦਾ ਮੁੜ ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ 'ਤੇ ਸ਼ੋਅ ਚੱਲ ਰਿਹਾ ਸਫਰੇ ਜ਼ਿੰਦਗੀ ਅਤੇ ਰਜੋਰਾ ਸਰ ਦੀ ਜ਼ਿੰਦਗੀ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ ਜ਼ਿੰਦਗੀ ਦਾ ਸਫ਼ਰ ਬੜਾ ਅਨਮੁੱਲਾ ਹੈ ਕਿਉਂਕਿ ਉਹਨਾਂ ਨੇ ਚੁਣਿਆ ਐਜੂਕੇਸ਼ਨ ਨੂੰ ਕਿਸੇ ਦੀ ਜ਼ਿੰਦਗੀ ਸਵਾਰੀ ਹੈ ਕਿਉਂ ਨਾ ਐਜੂਕੇਸ਼ਨ ਦੇ ਰਾਹੀਂ ਕਿਉਂਕਿ ਹਰ ਇੱਕ ਇਨਸਾਨ ਦਾ ਮੈਨੂੰ ਲੱਗਦਾ ਹੈ ਜਨਮ ਸਿੱਧ ਅਧਿਕਾਰ ਹੁੰਦਾ ਹੈ ਸਿੱਖਿਆ ਲੈਣਾ ਬਿਲਕੁਲ ਅਤੇ ਜਿਹੜਾ ਇਹ ਇਨੀਸ਼ੀਏਟਿਵ ਤੁਸੀਂ ਲਿੱਤਾ ਹੈ ਬਹੁਤ ਵਧੀਆ ਮੇਰੇ ਖਿਆਲ ਨਾਲ ਲਿੱਤਾ ਹੈ ਕਿ ਦੁਨੀਆ ਨੂੰ ਬਹੁਤ ਵਧੀਆ ਕੁਛ ਮਿਲੇਗਾ ਅਸੀਂ ਚਾਹੁੰਦੇ ਵੀ ਤੁਸੀਂ ਇਹ ਦੱਸੋ ਹੁਣ ਵੀ ਇਹਦੇ ਨਾਲ ਜਦੋਂ ਤੁਸੀਂ ਜੁੜੇ ਹੋਰ ਕੀ ਐਕਟੀਵਿਟੀਜ਼ ਕੋਕੂਲਰ ਐਕਟੀਵਿਟੀਜ਼ ਹੋਰ ਤੁਸੀਂ ਨਾਲ ਕਰਵਾ ਰਹੇ ਕਿਉਂਕਿ ਸਟੱਡੀਜ਼ ਦੇ ਨਾਲ ਨਾਲ ਕਿਉਂਕਿ ਇੱਕ ਬੱਚਾ ਸਿਰਫ ਕਿਤਾਬਾਂ ਪੜ੍ਹੇਗਾ ਜਦੋਂ ਉਹਨੂੰ ਸਿਰਫ ਉਨੀ ਕੁ ਚੀਜ਼ ਮਿਲੇਗੀ ਪਰ ਐਕਸਟਰਾ ਜਿਹੜੀ ਐਕਟੀਵਿਟੀਜ਼ ਹੋਰ ਕੀ ਨਾਲ ਚੱਲਦੀਆਂ ਨੇ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜ਼ਿੰਦਗੀ ਦਾ ਸਫ਼ਰ ਹੈ ਜਦੋਂ ਅਸੀਂ ਸਫ਼ਰ ਕਰਦੇ ਹਾਂ
ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਕਈ ਸਾਰੇ ਸਟੇਸ਼ਨ ਆਉਂਦੇ ਆ, ਜੇ ਆਪਾਂ ਬੱਸ ਦੇ ਵਿੱਚ ਸਫ਼ਰ ਕਰੀਏ ਤਾਂ ਬੜੇ ਅੱਡੇ ਆਉਂਦੇ ਆ ਨਾ, ਜਿਵੇਂ ਆਪਾਂ ਕਹੀਏ। ਇਸ ਤਰ੍ਹਾਂ ਸਾਡੀ NGO ਦੇ ਵਿੱਚ ਸਾਡੇ ਇਸ ਸਫ਼ਰ ਦੇ ਵਿੱਚ ਵੀ ਬਹੁਤ ਸਾਰੇ ਮੁਕਾਮ ਜਿਹੜੇ ਆ ਉਹ ਆਏ। ਅਤੇ ਜਿੱਥੇ ਤੁਸੀਂ ਗੱਲ ਕੀਤੀ ਕਿ ਮੇਰੀ ਜ਼ਿੰਦਗੀ ਦਾ, ਮੈਂ ਕਹਾਂਗਾ ਕਿ ਇਹ ਸਿਰਫ ਮੇਰੀ ਜ਼ਿੰਦਗੀ ਨਹੀਂ, ਸਾਡੇ ਨਾਲ ਜਿਹੜੇ ਵਲੰਟੀਅਰ ਜੁੜੇ ਹੋਏ ਨੇ, ਇਕੱਲੇ ਇਕੱਲੇ ਵਲੰਟੀਅਰ ਦੀ ਜ਼ਿੰਦਗੀ ਦਾ ਇਹ ਸਫ਼ਰ ਹੈ। ਅਤੇ ਸਾਡੇ ਨਾਲ ਤੁਸੀਂ ਦੇਖੋ ਕਿ ਐਕਟੀਵਿਟੀਜ਼ ਦੇ ਵਿੱਚ ਵੱਡੀਆਂ ਜਿਹੜੀਆਂ ਕੁੜੀਆਂ ਨੇ, ਅਸੀਂ ਉਹਨਾਂ ਨੂੰ, ਕਿਉਂਕਿ ਜਦੋਂ 8 ਤੋਂ 14 ਸਾਲ ਤੱਕ ਦੇ ਬੱਚਿਆਂ ਦਾ ਜਦੋਂ ਜ਼ਿਕਰ ਹੁੰਦਾ ਹੈਗਾ ਰਾਈਟ ਟੂ ਐਜੂਕੇਸ਼ਨ ਦੇ ਤਹਿਤ, ਤਾਂ ਉਹ ਬੱਚੀਆਂ ਜਦੋਂ ਸਾਡੇ ਕੋਲ ਆਈਆਂ ਤਾਂ ਉਹਨਾਂ ਦੀ ਉਮਰ ਟੱਪ ਚੁੱਕੀ ਸੀ ਐਜੂਕੇਸ਼ਨ ਦੇ ਵਿੱਚ। ਅਸੀਂ ਉਹਨਾਂ ਨੂੰ ਉਸ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਉਸ ਕਲਾਸ ਦੇ ਵਿੱਚ ਦਾਖਲ ਨਹੀਂ ਸੀ ਕਰਾ ਸਕਦੇ, ਜਾਂ ਜਦੋਂ ਅਸੀਂ ਦਾਖਲ ਕਰਾ ਵੀ ਦਿੱਤਾ ਤਾਂ ਕੀ ਹੋਇਆ ਕਿ ਉਹਨਾਂ ਵੱਡੇ ਬੱਚਿਆਂ ਨੇ, ਉਹਨਾਂ ਲੜਕੀਆਂ ਨੇ ਛੋਟੇ ਬੱਚਿਆਂ ਦੇ ਨਾਲ ਬੈਠਣਾ ਥੋੜ੍ਹਾ ਜਿਹਾ ਅਜੀਬ ਸਮਝਿਆ, ਹੈ ਨਾ। ਅਤੇ ਅਸੀਂ ਫਿਰ ਉਹਨਾਂ ਦੇ ਲਈ ਇਹ ਸੋਚਿਆ ਕਿ ਇਹਨਾਂ ਬੱਚਿਆਂ ਨੂੰ, ਇਹਨਾਂ ਕੁੜੀਆਂ ਨੂੰ ਐਜੂਕੇਸ਼ਨ ਜਿਹੜੀ ਹੈ ਉਹ ਅਸੀਂ ਆਪਣੇ ਲੈਵਲ 'ਤੇ ਕਰਾਈਏ, ਪਰ ਇਹਨਾਂ ਨੂੰ ਥੋੜ੍ਹਾ ਜਿਹਾ ਹੁਣ ਇਹਨਾਂ ਦਾ ਕਮਾਉਣ ਦਾ ਜ਼ਰੀਆ ਜਿਹੜਾ ਉਹ ਬਣਾਈਏ, ਕਿਉਂਕਿ ਉਸ ਤੋਂ ਪਹਿਲਾਂ ਹਾਲਤ ਇੰਨੀ ਮਾੜੀ ਸੀਗੀ ਕਿ ਉਹਨਾਂ, ਇਹ ਸਾਰੇ ਬੱਚੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ ਅਤੇ ਇਹ ਕੁੜੀਆਂ ਸ਼ਹਿਰ ਦੇ ਵਿੱਚ ਕਾਗਜ਼ ਚੁਗਣ ਜਾਂਦੀਆਂ ਹੁੰਦੀਆਂ ਸੀ। ਅਤੇ ਜਦੋਂ ਅਸੀਂ ਇਹਨਾਂ ਨੂੰ ਦੇਖਦੇ, ਜਿਹਦੇ ਦੁਕਾਨ ਦੇ ਮੂਹਰੋਂ ਇਹਨਾਂ ਨੇ ਕਾਗਜ਼ ਚੁੱਕਣਾ, ਉਹਨਾਂ ਨੇ ਇਹਨਾਂ ਬੱਚਿਆਂ ਦੇ ਉੱਤੇ ਸ਼ੱਕ ਕਰਨਾ, ਇਹਨਾਂ ਨੂੰ ਓਬੀਅਸ ਹੈ ਕਿ ਉਹ ਇਹਨਾਂ ਨੂੰ ਕਈ ਤਰ੍ਹਾਂ ਦੇ ਲਿਹਾਜ਼ ਨਾਲ ਦੇਖਣਗੇ, ਕਈ ਤਰੀਕੇ ਨਾਲ ਦੇਖਣਗੇ ਇਹਨਾਂ ਕੁੜੀਆਂ ਨੂੰ, ਅਤੇ ਉਹ ਸਾਨੂੰ ਵਧੀਆ ਨਹੀਂ ਸੀ ਲੱਗਦਾ। ਇਹਨਾਂ ਕੁੜੀਆਂ ਨੂੰ ਵੀ ਅਸੀਂ ਪੁੱਛਿਆ ਵੀ ਦੇਖੋ ਤੁਸੀਂ ਜਦੋਂ ਜਾਂਦੇ ਹੋ ਸ਼ਹਿਰ ਦੇ ਵਿੱਚ ਆਹ ਕੁਛ ਜਦੋਂ ਕਰਦੇ ਹੋ, ਠੀਕ ਹੈ ਤੁਹਾਡੀ ਰੋਜ਼ੀ ਰੋਟੀ ਦਾ ਇੱਕ ਇਹ ਜ਼ਰੀਆ ਹੈ, ਪਰ ਇਸ ਤੋਂ ਵਧੀਆ ਆਪਾਂ ਕੁਝ ਹੋਰ ਕਰ ਸਕਦੇ ਹਾਂ। ਕੁੜੀਆਂ ਸਾਡੇ ਨਾਲ ਸਹਿਮਤ ਹੋਈਆਂ ਕਿ ਨਹੀਂ ਵੀ ਸਾਨੂੰ ਉੱਥੇ ਲੜਦੇ ਨੇ, ਝਿੜਕਿਆ ਜਾਂਦਾ ਹੈਗਾ, ਅਤੇ ਸਾਨੂੰ ਉੱਥੇ ਰਿਸਪੈਕਟ ਮਹਿਸੂਸ ਨਹੀਂ ਹੁੰਦੀ, ਉਹਨਾਂ ਦਾ ਕਹਿਣਾ ਸੀ, ਮਤਲਬ ਉਹਨਾਂ ਦਾ ਭਾਵ ਇਹ ਸੀਗਾ। ਅਸੀਂ ਉਹਨਾਂ ਨੂੰ ਕਿਹਾ ਵੀ ਆਪਾਂ ਰਲ ਕੇ ਕੋਈ ਕੋਸ਼ਿਸ਼ ਕਰਦੇ ਹਾਂ। ਅਸੀਂ ਕੀ ਕੀਤਾ ਕਿ ਬਠਿੰਡੇ ਕਈ ਤਰ੍ਹਾਂ ਦੇ ਜਿਹੜੇ ਹੈ, ਹਰ ਇੱਕ ਸ਼ਹਿਰ ਦੇ ਵਿੱਚ ਫੇਅਰ ਲੱਗਦੇ ਨੇ, ਹੈ ਨਾ, ਜਿਵੇਂ ਟ੍ਰੇਡ ਫੇਅਰ ਹੋ ਗਏ, ਵਿਰਾਸਤ ਮੇਲੇ ਹੋ ਗਏ, ਸਰਸ ਮੇਲੇ ਹੋ ਗਏ, ਇਸ ਤਰ੍ਹਾਂ ਦੇ ਜਦੋਂ ਓਕੇਜ਼ਨ ਆਉਂਦੇ ਸੀਗੇ, ਅਸੀਂ ਇਹਨਾਂ ਬੱਚਿਆਂ ਨੂੰ, ਇਹਨਾਂ ਵੱਡੀਆਂ ਕੁੜੀਆਂ ਨੂੰ ਨਾਲ ਲੈ ਕੇ, ਆਰਕੀਟੈਕਟ ਸਟੂਡੈਂਟ ਜਿਹੜੇ ਕਿ ਤਰਨਜੀਤ ਦੇ ਸਟੂਡੈਂਟ ਸੀਗੇ, ਮੇਰੇ ਦੋਸਤ ਤਰਨਜੀਤ ਦੇ ਸਟੂਡੈਂਟ ਸੀਗੇ, ਉਹਨਾਂ ਸਟੂਡੈਂਟਸ ਦੇ ਨਾਲ ਮਿਲ ਕੇ ਅਸੀਂ ਪਹਿਲਾ ਟ੍ਰੇਡ ਫੇਅਰ ਕਹਿ ਲਈਏ ਕਿ ਉਹ ਲਗਾਇਆ, ਪਹਿਲੀ ਸਟਾਲ ਲਗਾਈ ਅਸੀਂ ਬਠਿੰਡੇ ਖਾਲਸਾ ਜਿਹੜਾ ਹੈ ਵਿਰਾਸਤ ਮੇਲਾ ਲੱਗਦਾ ਹੁੰਦਾ ਬਠਿੰਡੇ, ਉਹ ਵਿਰਾਸਤ ਮੇਲਾ ਜਦੋਂ ਲੱਗਿਆ ਅਤੇ ਅਸੀਂ ਬਹੁਤ ਜਿਹੜੀਆਂ ਚੀਜ਼ਾਂ ਵੇਸਟ ਮਟੀਰੀਅਲ ਤੋਂ ਹੈਂਡੀਕ੍ਰਾਫਟਸ ਅਸੀਂ ਅਜਿਹੇ ਬਣਾ ਲਏ ਸੀਗੇ ਇਹਨਾਂ ਕੁੜੀਆਂ ਨੂੰ ਨਾਲ ਲੈ ਕੇ ਕਿ ਉਹ ਅਸੀਂ ਉੱਥੇ ਵੇਚ ਸਕੀਏ। ਜਦੋਂ ਉਸ ਸਟਾਲ ਦੇ ਉੱਤੇ ਅਸੀਂ ਉਹ ਚੀਜ਼ਾਂ ਵੇਚੀਆਂ, ਇਹਨਾਂ ਕੁੜੀਆਂ ਨੂੰ ਵੀ ਅਸੀਂ ਨਾਲ ਖੜਾਇਆ, 20-30, 50-50 ਰੁਪਏ ਦੀਆਂ ਜਦੋਂ ਉਹ ਚੀਜ਼ਾਂ ਵਿਕੀਆਂ ਜਿਹੜੀਆਂ ਕਿ ਬਿਲਕੁਲ ਵੇਸਟ ਮਟੀਰੀਅਲ ਤੋਂ ਬਣੀਆਂ ਸੀਗੀਆਂ। ਤੁਸੀਂ ਆਹ ਦੇਖੋ ਵੇਸਟ ਮਟੀਰੀਅਲ ਇੰਨਾ ਕੁ, ਜਿਵੇਂ ਟਰੈਕ ਜਿੱਥੇ ਬੱਚੇ ਰਹਿੰਦੇ ਸੀਗੇ ਉਹਨਾਂ ਟਰੈਕ ਦੇ ਉੱਤੋਂ ਗੋਲ ਗੋਲ ਜਿਹੜੇ ਪੱਥਰ ਨੇਗੇ ਉਹ ਪੱਥਰ ਚੱਕ ਕੇ ਲਿਆ ਕੇ ਉਹਨਾਂ ਦੇ ਉੱਤੇ ਪੇਂਟਿੰਗ ਕਰਕੇ, ਉਹਨਾਂ ਦੇ ਉੱਤੇ ਅਸੀਂ ਉਹਨਾਂ ਨੂੰ ਪੇਂਟਿੰਗ ਕਰਕੇ ਕਾਰਟੂਨ ਬਣਾ ਕੇ ਉਹਨਾਂ ਨੂੰ ਪੇਪਰ ਵੇਟ ਦੇ ਤੌਰ 'ਤੇ ਵਰਤਿਆ ਉਦਾਹਰਣ ਦੇ ਤੌਰ 'ਤੇ, ਅਤੇ ਉਹ ਪੇਪਰ ਵੇਟ ਜਿਹੜਾ ਹੈ ਇੱਕ ਟਰੈਕ ਤੋਂ ਚੁੱਕਿਆ ਹੋਇਆ ਰੋੜਾ ਜਿਹੜਾ ਹੈ ਉਹ ਜਦੋਂ 30-50 ਰੁਪਈਆਂ ਦਾ ਵਿਕ ਰਿਹਾ ਹੈਗਾ, ਉਹਨਾਂ ਬੱਚਿਆਂ ਨੇ ਜਦੋਂ ਵੇਚਿਆ ਉਹਨਾਂ ਨੂੰ ਲੱਗਿਆ ਕਿ ਨਹੀਂ 50 ਰੁਪਈਏ ਤਾਂ ਅਸੀਂ ਪੂਰੇ ਦਿਨ ਦੇ ਵਿੱਚ ਕਾਗਜ਼ ਚੁੱਗ ਕੇ, ਹੈ ਨਾ, ਇੰਨੀ ਭਕਾਈ ਕਰਕੇ, ਝਿੜਕਾਂ ਸਹਿ ਕੇ, ਬੇਇੱਜ਼ਤੀ ਕਰਾ ਕੇ ਫਿਰ ਉੱਥੋਂ ਮਸਾਂ 50 ਰੁਪਈਏ ਬਣਦੇ ਆ, ਅਤੇ ਇਹ ਤਾਂ ਬਹੁਤ ਵਧੀਆ ਤਰੀਕਾ। ਉਹਨਾਂ ਬੱਚਿਆਂ ਨੇ ਵਾਕਿਆ ਹੀ ਉਹੀ ਸਮਾਈਲ ਦਾ ਮਹਿਸੂਸ ਕੀਤਾ, ਸਾਨੂੰ ਵੀ ਹੌਸਲਾ ਅਫਜਾਈ ਹੋਈ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ। ਅਤੇ ਫਿਰ ਸਾਡੇ ਨਾਲ ਜਿਹੜੇ ਕਿ ਸਾਡੇ ਫੀਮੇਲ ਵਲੰਟੀਅਰ ਸੀਗੀਆਂ, ਕੁੜੀਆਂ ਜਿਹੜੀਆਂ ਵੱਡੀਆਂ ਸਾਡੇ ਨਾਲ ਜੁੜੀਆਂ ਹੋਈਆਂ ਸੀਗੀਆਂ, ਉਹਨਾਂ ਨੇ ਉਹਨਾਂ ਕੁੜੀਆਂ ਨੂੰ ਹੋਰ ਹੌਸਲਾ ਅਫਜਾਈ
ਸਿੰਜਾਈ ਕਰਕੇ ਉਹਨਾਂ ਨੂੰ ਸਿਲਾਈ ਕਢਾਈ ਤੱਕ ਵੀ ਉਹ ਲੈ ਕੇ ਗਈਆਂ। ਇਹ ਐਕਟੀਵਿਟੀਜ਼ ਜਿਹੜੀਆਂ ਉਹ ਨਾਲ ਚੱਲ ਰਹੀਆਂ ਨੇ ਕੁੜੀਆਂ ਦੇ ਲਈ। ਅਸੀਂ ਸੋਚਿਆ ਹੋਇਆ ਵੀ ਹੋਰ ਜ਼ਿਆਦਾ ਇਸ ਨੂੰ ਵਧੀਆ ਪ੍ਰਫੁੱਲਤ ਅਸੀਂ ਕਰੀਏ। ਅਤੇ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੇ ਉਸ ਦੇਸ਼ 'ਚ ਜਿੱਥੇ ਬੇਰੁਜ਼ਗਾਰੀ ਕਹਿੰਦੇ ਇੰਨੀ ਹੈ, ਉੱਥੋਂ ਦੀ ਕਹਿੰਦੇ ਨੇ ਵੀ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਉਦੋਂ ਇਹੋ ਜਿਹੀ ਚੀਜ਼ਾਂ ਕਰਕੇ ਜਦੋਂ ਰੁਜ਼ਗਾਰ ਅਸੀਂ ਆਪ ਕਮਾ ਸਕਦੇ ਹਾਂ ਤਾਂ ਫਿਰ ਅਸੀਂ ਸਰਕਾਰਾਂ ਦੇ ਹੱਥੋਂ ਨੂੰ ਕਿਉਂ ਦੇਵਾਂਗੇ। ਜੀ ਵਾਕਈ ਇਹ ਸਾਡੀ ਵੀ ਇਸ ਤਰ੍ਹਾਂ ਦੀ ਹੀ ਕੋਸ਼ਿਸ਼ ਹੈ, ਕਿਉਂਕਿ ਸਰਕਾਰੀ ਮਦਦ ਜਿਹੜੀ ਹੈ ਅਜੇ ਤੱਕ ਸਾਡੀ NGO ਨੂੰ ਕੋਈ ਕਿਸੇ ਕਿਸਮ ਦੀ ਨਹੀਂ ਮਿਲ ਰਹੀ ਹੈ। ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਝਾਕ ਵੀ ਨਹੀਂ ਰੱਖਦੇ ਕਿ ਮਿਲੇ, ਕਿਉਂਕਿ ਉਹਦੇ ਨਾਲ ਕੀ ਹੋਏਗਾ ਕਿ ਸਾਡਾ ਜਿਹੜਾ ਕੰਮ ਕਾਰਜ ਖੇਤਰ ਹੈ ਉਹ ਵੀ ਲਿਮਿਟਡ ਹੋ ਜਾਣਾ ਸਾਨੂੰ ਲੱਗਦਾ ਹੈਗਾ। ਅਤੇ ਕੋਈ ਅਜੇ ਸਰਕਾਰੀ ਸਾਡੇ ਕੋਲ ਹੈਲਪ ਨਹੀਂ ਹੈ, ਅਸੀਂ ਆਪਣੇ ਲੈਵਲ 'ਤੇ ਹੀ ਕਰ ਰਹੇ ਹਾਂ। ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਸਾਡੀ ਹੈਗੀ ਹੈ ਕਿ ਹੋਰ ਜ਼ਿਆਦਾ ਅੱਗੇ ਵਧੀਏ, ਹੋਰ ਜ਼ਿਆਦਾ ਮਿਹਨਤ ਕਰੀਏ। ਦੇਖੋ ਵਲੰਟੀਅਰ ਸਾਡੇ ਕੋਲ ਫਿਲਹਾਲ ਐਕਟਿਵ ਵਲੰਟੀਅਰ ਸਾਡੇ ਕੋਲ 20 ਤੋਂ 25 ਐਕਟਿਵ ਵਲੰਟੀਅਰ ਹੈਗੇ ਨੇ, ਤੇ ਸਾਡੇ ਹੈਲਪਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਨੇ। ਐਵੇਂ ਅਸੀਂ ਕਹਿ ਦਈਏ ਕਿ ਹੈਲਪ ਨਹੀਂ ਮਿਲਦੀ ਹੈ, ਮੇਰੇ ਮੰਮੀ ਕਹਿੰਦੇ ਹੁੰਦੇ ਨੇ ਕਿ ਨੀਤਾਂ ਨੂੰ ਬਰਕਤਾਂ ਹੁੰਦੀਆਂ। ਤੇ ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਸ਼ਹਿਰ ਦੇ ਕਈ ਲੋਕ ਤੁਸੀਂ ਆਹ ਦੇਖੋ ਵੀ ਤੁਰੇ ਜਾਂਦੇ ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਲੈ ਕੇ ਬੈਠੇ ਟਰੈਕ ਦੇ ਨੇੜੇ ਹੀ। ਇਹਨਾਂ ਬੱਚਿਆਂ ਨੂੰ ਇੱਕ ਦਿਨ ਮੈਂ ਲੈ ਕੇ ਬੈਠਾ ਸੀਗਾ ਝੁੱਗੀਆਂ ਦੇ ਵਿੱਚ, ਕਿਉਂਕਿ ਬੱਚੇ ਕਹਿੰਦੇ ਵੀ ਸਰ ਗਰਮੀ ਲੱਗਦੀ ਹੈ ਆਪਾਂ ਬਾਹਰ ਚੱਲੀਏ। ਮੈਂ ਇਹਨਾਂ ਨੂੰ ਵੱਡੇ ਸਾਰੇ ਦਰਖਤ ਦੇ ਥੱਲੇ ਲੈ ਕੇ ਬੈਠਾ ਜਦੋਂ ਅਸੀਂ ਪੜ੍ਹ ਰਹੇ ਸੀਗੇ। ਇਹ ਬੱਚੇ ਕੰਮ ਕਰ ਰਹੇ ਸੀ ਅਤੇ ਤੁਰੇ ਜਾਂਦੇ ਇੱਕ ਬੰਦੇ ਨੇ ਦੇਖਿਆ ਵੀ ਆਹ ਤਾਂ ਬੱਚੇ ਬਹੁਤ ਵਧੀਆ ਕੰਮ ਕਰ ਰਹੇ ਆ। ਉਹ ਅਸੀਂ ਉਸ ਦਿਨ ਅਸੀਂ ਪੇਂਟਿੰਗ ਐਕਟੀਵਿਟੀ ਰੱਖੀ ਹੋਈ ਸੀ, ਮੈਂ ਕਿਹਾ ਵੀ ਆ ਜਾਓ ਅੱਜ ਆਪਾਂ ਪੇਂਟਿੰਗ ਕਰਦੇ ਹਾਂ। ਕੁਝ ਸਕੈਚ ਸੀ ਸਾਡੇ ਕੋਲ ਥੋੜ੍ਹੇ ਮੋਟੇ, ਅਸੀਂ ਉਹਨਾਂ ਨਾਲ ਹੀ ਬੱਚਿਆਂ ਨੂੰ ਮੈਂ ਆਰੇ ਲਾਇਆ ਹੋਇਆ ਸੀ, ਮੈਂ ਕਿਹਾ ਵੀ ਅੱਜ ਆਹ ਕੰਮ ਕਰਦੇ ਹਾਂ ਆਪਾਂ। ਉਹ ਬੱਚੇ ਬੈਠੇ ਕਰੀ ਜਾਣ, ਇੱਕ ਬੰਦਾ ਆ ਰਿਹਾ ਉਹ ਸਾਨੂੰ ਕਹਿ ਰਿਹਾ ਵੀ ਦੱਸੋ ਕਿਸ ਤਰ੍ਹਾਂ ਦੀ ਤੁਹਾਨੂੰ ਹੈਲਪ ਦੀ ਲੋੜ ਹੈ। ਅਸੀਂ ਉਹਨਾਂ ਨੂੰ ਦੱਸਿਆ ਵੀ ਸਾਨੂੰ ਹੁਣ ਫਿਰ ਇੰਨੇ ਚਾਰਟ ਚਾਹੀਦੇ ਆ, ਇੰਨੀ ਸਾਨੂੰ ਡਰਾਇੰਗ ਸ਼ੀਟਸ ਚਾਹੀਦੀਆਂ, ਇੰਨੇ ਸਾਨੂੰ ਸਕੈਚ ਚਾਹੀਦੇ ਆ, ਆਹ ਕੁਝ ਲਿਆ ਕੇ ਦਿਓ। ਇਸੇ ਤਰ੍ਹਾਂ ਜਿਵੇਂ ਉਹਨਾਂ ਨੇ ਸਾਡੇ ਮਤਲਬ ਯਾਦ ਆਉਂਦਾ ਮੈਨੂੰ ਵੀ ਹੈਲਪ ਦਾ ਹੱਥ ਸਾਡੇ ਤੱਕ ਵਧਾਇਆ, ਇਸੇ ਤਰ੍ਹਾਂ ਹੁਣ ਬਹੁਤ ਸਾਰੇ ਹੈਲਪਿੰਗ ਹੈਂਡ ਸਾਡੇ ਨੇ ਸ਼ਹਿਰ ਦੇ ਵਿੱਚ ਹੋ ਗਏ ਨੇ, ਉਹ ਸਾਡੀ ਮਦਦ ਕਰ ਰਹੇ ਨੇ। ਅਸੀਂ ਵੀ ਇਹਨਾਂ ਬੱਚਿਆਂ ਦੀ ਮਦਦ ਗਾਹਾਂ ਜਿਹੜੀ ਹੈ ਉਹ ਕਰ ਰਹੇ ਹਾਂ, ਕੋਸ਼ਿਸ਼ਾਂ ਸਾਡੀ ਇਸ ਤਰ੍ਹਾਂ ਜਾਰੀ ਨੇ। ਅਤੇ ਇਹ ਤਾਂ ਆਪਾਂ ਸਾਰੀ ਗੱਲ ਕੀਤੀ ਕਿ ਤੁਹਾਡੇ ਨਾਲ ਕਿਵੇਂ ਲੋਕ ਜੁੜੇ, ਕਿਹਨਾਂ ਨੇ ਤੁਹਾਡੀ ਮਦਦ ਕੀਤੀ ਅਤੇ ਮੁਸ਼ਕਿਲਾਂ ਵੀ ਬਹੁਤ ਆਈਆਂ ਹੋਣਗੀਆਂ ਇਸ ਰਸਤੇ ਦੇ ਵਿੱਚ। ਜੀ ਮੁਸ਼ਕਿਲਾਂ ਕਈ ਤਰ੍ਹਾਂ ਦੀਆਂ ਆਈਆਂ। ਤੁਸੀਂ ਦੇਖੋ ਵੀ ਸਭ ਤੋਂ ਪਹਿਲੀ ਮੁਸ਼ਕਿਲ ਤਾਂ ਸੀਗੀ ਬੱਚਿਆਂ ਨੂੰ ਅਸੀਂ ਲੈ ਕੇ ਕਿੱਥੇ ਬੈਠੇ, ਹੈ ਨਾ, ਥਾਂ ਦੀ ਮੁਸ਼ਕਿਲ ਹੋ ਜਾਂਦੀ ਹੈ। ਅਤੇ ਬੱਚਿਆਂ ਨੇ ਜਦੋਂ ਆਉਣਾ ਅਤੇ ਫਿਰ ਪਹਿਲੇ ਵਾਰੀ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਮੈਂ ਕਿਹਾ ਵੀ ਇੱਕ ਝੁੱਗੀ ਖਾਲੀ ਕਰ ਦਿਓ ਸਾਨੂੰ, ਅਸੀਂ ਇੱਥੇ ਹੀ ਪੜ੍ਹਾਵਾਂਗੇ। ਫਿਰ ਤੁਸੀਂ ਆਹ ਦੇਖੋ ਅਸੀਂ ਕੋਲ ਜਿਹੜਾ ਹੈ ਓਵਰਬ੍ਰਿਜ ਹੈ, ਓਵਰਬ੍ਰਿਜ ਦੇ ਥੱਲੇ ਵੀ ਅਸੀਂ ਛਾਂ ਦੇ ਵਿੱਚ ਲੈ ਕੇ ਬੈਠੇ ਹਾਂ ਬੱਚਿਆਂ ਨੂੰ। ਫਿਰ ਅਸੀਂ ਦਰਖਤਾਂ ਦੇ ਥੱਲੇ ਵੀ ਲੈ ਕੇ ਬੈਠੇ ਹਾਂ। ਫਿਰ ਜਦੋਂ ਤੁਸੀਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋ ਉਦੋਂ ਹੈਲਪ ਤੁਹਾਡੇ ਕੋਲ ਆਪਣੇ ਆਪ ਆਉਂਦੀ ਹੈ। ਲੋਕ ਵਹਿੰਦੇ ਨੇ ਜਾਂ ਕਹਿ ਦਿਓ ਕਿ ਰੱਬ ਉਹਨਾਂ ਦੇ ਜ਼ਰੀਏ ਤੁਹਾਡੇ ਕੋਲ ਹੈਲਪ ਭੇਜਦਾ। ਫਿਰ ਸਾਨੂੰ ਜਗ੍ਹਾ ਵੀ ਔਫਰ ਹੋਣ ਲੱਗ ਗਈ। ਕਿਸੇ ਨੇ ਸਾਨੂੰ ਕਿਹਾ ਵੀ ਅਸੀਂ ਧਰਮਸ਼ਾਲਾ ਖੋਲ੍ਹ ਦਿੰਦੇ ਹਾਂ, ਤੁਸੀਂ ਧਰਮਸ਼ਾਲਾ ਦੇ ਵਿੱਚ ਬਹਿ ਜਾ ਕਰੋ 2 ਘੰਟੇ। ਫਿਰ ਸਾਡੇ ਕੋਲ ਸਕੂਲ ਦੀ ਔਫਰ ਆ ਗਈ ਕਿ ਕੋਈ ਪ੍ਰਾਈਵੇਟ ਸਕੂਲ ਜਿਹੜਾ ਕਿ ਦਿਨੇ ਚੱਲ ਰਿਹਾ ਈਵਨਿੰਗ ਟਾਈਮ ਦੇ ਵਿੱਚ ਅਸੀਂ ਤੁਹਾਡੇ ਲਈ ਖੋਲ੍ਹ ਦਿੰਦੇ ਹਾਂ, 2 ਘੰਟੇ ਤੁਸੀਂ ਉਸ ਸਕੂਲ ਦੇ ਵਿੱਚ ਬੈਠੋ। ਇਸੇ ਤਰ੍ਹਾਂ ਰੇਲਵੇ ਦੇ ਵਿੱਚ ਅਸੀਂ ਜਿੱਥੇ ਗੱਡੀਆਂ ਧੋਂਦੇ ਨੇ, ਬਠਿੰਡਾ ਸਭ ਤੋਂ ਵੱਡਾ ਜੰਕਸ਼ਨ ਹੈ, ਉੱਥੇ ਬਹੁਤ ਸਾਰੀਆਂ ਗੱਡੀਆਂ ਦਾ ਆਉਣਾ ਜਾਣਾ ਹੈ। ਉੱਥੇ ਗੱਡੀਆਂ ਜਦੋਂ ਵਾਸ਼ਿੰਗ ਲਾਈਨ ਦੇ ਵਿੱਚ ਇੱਕ ਪਾਰਕ ਹੈ ਬੜਾ ਸੋਹਣਾ ਪਾਰਕ, ਉੱਥੇ ਅਸੀਂ ਬੱਚਿਆਂ ਨੂੰ ਪਾਰਕ 'ਚ ਲੈ ਕੇ ਬੈਠਦੇ ਹੁੰਦੇ ਸੀਗੇ। ਉਹ ਰੇਲਵੇ ਵਾਲੇ ਨੇ ਦੇਖਿਆ ਵੀ ਆਹ ਬੱਚਿਆਂ ਨੂੰ ਪੜ੍ਹਾਉਂਦੇ ਆ, ਇਹਨਾਂ ਨੂੰ ਕਾਫੀ ਸਮਾਂ ਹੋ ਗਿਆ, ਕਈ ਮਹੀਨੇ ਹੋ ਗਏ ਵੀ ਇੱਥੇ ਪਾਰਕ ਦੇ ਵਿੱਚ ਓਪਨ 'ਚ ਬੈਠਦੇ ਨੇ ਧੁੱਪ ਛਾਂ ਗਰਮੀ ਸਰਦੀ। ਉਹਨਾਂ ਨੇ ਸਾਨੂੰ ਇੱਕ ਕਲੱਬ ਖੋਲ੍ਹ ਕੇ ਦਿੱਤਾ, ਰੇਲਵੇ ਡਰਾਮਾਟਿਕ ਕਲੱਬ ਹੈ। ਉੱਥੇ ਸਿਰਫ 10 ਕੁ ਦਿਨ ਜਦੋਂ ਰਾਮਲੀਲਾ ਹੁੰਦੀ ਹੈ ਉਦੋਂ ਉਹ ਕਲੱਬ ਖੁੱਲ੍ਹਦਾ ਪੂਰੇ ਸਾਲ ਦੇ ਵਿੱਚ, ਅਤੇ ਹੁਣ ਉਹਨਾਂ ਨੇ ਉਹ ਕਲੱਬ ਸਾਨੂੰ ਦਿੱਤਾ ਹੋਇਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਕਲੱਬ ਦੇ ਵਿੱਚ ਪੜ੍ਹਾਓ। ਇਸੇ ਤਰ੍ਹਾਂ ਹੀ ਗੋਪਾਲ ਨਗਰ ਦੇ ਵਿੱਚ ਅਸੀਂ ਗਰੁੱਪ ਸ਼ੁਰੂ ਕੀਤਾ ਹੋਇਆ ਇੱਕ,
ਉੱਥੇ ਬਠਿੰਡੇ ਗੋਪਾਲ ਨਗਰ ਏਰੀਆ ਹੈ ਜਿੱਥੇ ਕਿ ਜ਼ਿਆਦਾ ਸਲਮ ਏਰੀਆ ਹੈ, ਉੱਥੇ ਵੀ ਸਾਨੂੰ ਇਸੇ ਤਰ੍ਹਾਂ ਇੱਕ ਸਾਡੇ ਵਲੰਟੀਅਰ ਦੇ ਹੀ ਇੱਕ ਰਿਸ਼ਤੇਦਾਰ ਨੇ ਔਫਰ ਕੀਤਾ ਕਿ ਵੀ ਮੇਰਾ ਪਲਾਟ ਖਾਲੀ ਪਿਆ, ਤੁਸੀਂ ਉੱਥੇ, ਇੱਕ ਨੇ ਸਾਨੂੰ ਪਲਾਟ ਦਿੱਤਾ ਆਪਣਾ ਕਿ ਪਰਮਿਸ਼ਨ ਦਿੱਤੀ, ਇੱਕ ਨੇ ਉੱਤੇ ਸ਼ੈੱਡ ਪਵਾਤਾ ਵੀ ਇੱਥੇ ਸ਼ੈੱਡ ਦੇ ਥੱਲੇ ਬੱਚਿਆਂ ਨੂੰ ਲੈ ਕੇ ਬੈਠੋ, ਅਤੇ ਇੱਕ ਦੋਸਤ ਨੇ ਵਲੰਟੀਅਰ ਨੇ ਇੱਕ ਹੈਲਪਿੰਗ ਹੈਂਡ ਹੋਰ ਵਧਾਇਆ, ਉਹਨੇ ਸਾਨੂੰ ਸੋਲਰ ਪ੍ਰੋਜੈਕਟ ਦੇ ਨਾਲ ਉੱਥੇ ਲਾਈਟਾਂ ਲਵਾਤੀਆਂ, ਸੋਲਰ ਐਨਰਜੀ ਦੇ ਨਾਲ ਇੱਕ ਚੱਲਣ ਵਾਲਾ ਪੱਖਾ ਲਵਾਤਾ, ਅਤੇ ਇਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਦੀਆਂ ਮੁਸੀਬਤਾਂ ਜਿਹੜੀਆਂ ਉਹ ਆਈਆਂ। ਫਿਰ ਸਾਡੇ ਕੋਲ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀਗੀ ਉਹ ਟਰਾਂਸਪੋਰਟ ਦੀ ਸੀਗੀ, ਇਹਨਾਂ ਬੱਚਿਆਂ ਨੂੰ ਕਿਉਂਕਿ ਅਸੀਂ ਨੇੜਲੇ ਸਕੂਲਾਂ ਦੇ ਵਿੱਚ ਅਸੀਂ ਦਾਖਲ ਨਹੀਂ ਸੀ ਕਰਾਉਂਦੇ, ਇਹ ਬੱਚੇ ਭੱਜੇ ਆਉਂਦੇ ਸੀਗੇ, ਇੰਟਰਸਟ ਘੱਟ ਜਿਹੜੇ ਬੱਚੇ ਦਿਖਾਉਂਦੇ ਸੀਗੇ, ਜਿਹੜੇ ਬੱਚੇ ਪੜ੍ਹਦੇ ਸੀ ਉਹਦੇ ਨਾਲ ਉਹਨਾਂ ਦਾ ਵੀ ਨੁਕਸਾਨ ਹੁੰਦਾ ਸੀ। ਅਸੀਂ ਸ਼ਹਿਰ ਦੇ ਜਿਹੜੇ ਇਹਨਾਂ ਦੇ ਅਸਟੈਬਲਿਸ਼ਡ ਸਕੂਲ ਸੀ ਉਹਨਾਂ 'ਚ ਪਾਇਆ ਬੱਚਿਆਂ ਨੂੰ ਲੈ ਕੇ ਜਾਣਾ, ਛੱਡ ਕੇ ਆਉਣਾ, ਉਹ ਜ਼ਿਆਦਾ ਦਿੱਕਤ ਆਉਂਦੀ ਸੀ, ਟਰਾਂਸਪੋਰਟ ਦੀ ਕੋਸਟ ਸਾਡੀ ਵੱਧ ਗਈ। ਅਸੀਂ ਚਾਰ ਗਰੁੱਪ ਦੇ ਵਿੱਚ ਜੇ ਚਾਰ ਆਟੋ ਲਗਾ ਕੇ ਦਿੱਤੇ, ਇੱਕ ਆਟੋ ਨੇ 5000 ਰੁਪਏ ਦੇ ਹਿਸਾਬ ਨਾਲ ਸਾਥੋਂ ਮਹੀਨਾ ਲੈ ਲੈਣਾ, 20000 ਰੁਪਇਆ ਦਾ ਖਰਚਾ ਸਾਡਾ ਮਹੀਨਾ ਉਹਦਾ ਆਟੋ ਦਾ ਹੋ ਗਿਆ, ਅਤੇ ਉਹਦੇ ਵਿੱਚ ਵੀ ਫਿਰ ਸਾਡੇ ਕੋਲ ਲੋਕਾਂ ਨੇ ਬੜਾ ਸਾਨੂੰ ਕਿਹਾ ਕਿ ਅਸੀਂ ਤੁਹਾਡੀ ਮਦਦ ਕਰਦੇ ਹਾਂ ਵੀ ਤੁਸੀਂ ਕੋਈ ਸਾਧਨ ਲੈ ਲਓ। ਹੁਣ ਅਸੀਂ ਇੱਕ ਵੈਨ ਜਿਹੜੀ ਹੈ, ਅਸੀਂ ਲੋਕਾਂ ਨੂੰ ਕਿਹਾ ਵੀ ਅਸੀਂ ਵੈਨ ਲੈਣੀ ਹੈ, ਸਾਡੀ ਮਦਦ ਕਰੋ, ਉਸੇ ਤਰ੍ਹਾਂ ਵੈਨ ਦਾ ਜਿਹੜਾ ਹੈ ਸਾਡੇ ਕੋਲ ਕਾਫੀ ਫੰਡਸ ਆ ਗਏ ਨੇ, ਹੁਣ ਅਸੀਂ ਵੈਨ ਜਿਹੜੀ ਉਹ ਲੈ ਲੈਣੀ ਹੈ। ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਆਪਣੀ ਕਲੀ ਦੇ ਨਾਲ, ਕਲੀ ਜੁੜਦੀ ਗਈ ਤੇ ਫੁੱਲ ਬਣਦਾ ਗਿਆ, ਤੇ ਉਵੇਂ ਸਮਾਈਲ ਤੁਸੀਂ ਬੱਚਿਆਂ ਦੇ ਵਿਖੇਰਦੇ ਗਏ। ਤੇ ਜੇ ਫਿਊਚਰ ਪਲਾਨਸ ਦੀ ਗੱਲ ਕਰੀਏ ਤੇ ਹੁਣ ਫਿਊਚਰ ਪਲਾਨਸ ਕੀ ਨੇ? ਫਿਊਚਰ ਪਲਾਨ ਸਾਡੇ ਇਹੀ ਨੇ ਕਿ ਬੱਚੇ ਜਿਹੜੇ ਸਾਡੇ ਪੜ੍ਹ ਰਹੇ ਨੇ ਵਧੀਆ, ਹੁਣ ਉਹ ਬੱਚੇ ਜਿਹੜੇ ਕੋਲ ਸਾਡੇ ਕੋਲ ਦੂਜੀ ਤੀਜੀ 'ਚ ਦਾਖਲ ਹੋਏ ਸੀ, 8ਵੀਂ 10ਵੀਂ ਤੱਕ ਉਹ ਪਹੁੰਚ ਗਏ ਨੇ, ਇਸੇ ਤਰ੍ਹਾਂ ਸਾਨੂੰ ਐਂ ਵੀ ਇਹਨਾਂ ਦੇ ਹਾਇਰ ਸਟੱਡੀ ਅਸੀਂ ਪੜ੍ਹਾਈਏ, ਗੌਰਮੈਂਟ ਰਜਿੰਦਰਾ ਕਾਲਜ ਵਰਗੇ ਕਾਲਜਾਂ 'ਚ ਇਹਨਾਂ ਦਾ ਦਾਖਲਾ ਕਰਾਈਏ, ਇਹਨਾਂ ਨੂੰ ਮੇਨ ਸਟ੍ਰੀਮ ਕਰਨਾ ਸਾਡਾ ਫਿਊਚਰ ਗੋਲ ਹੈ ਕਿ ਬੱਚੇ ਮੇਨ ਸਟ੍ਰੀਮ ਹੋ ਜਾਣ, ਉਸ ਤੋਂ ਬਾਅਦ ਦੇਖੋ ਆਪਣੇ ਆਪ ਬੱਚਾ ਰਾਹ ਬਣਾਉਂਦਾ ਰਹਿੰਦਾ ਹੈਗਾ। ਸਾਡੇ ਵੀ ਨਾਲ ਇਹੀ ਕੁਛ ਸੀਗਾ, ਅਤੇ ਸਾਨੂੰ ਇਹੀ ਹੈ ਵੀ ਬੱਚੇ ਮੇਨ ਸਟ੍ਰੀਮ ਹੋ ਜਾਣ, ਅੱਗੇ ਵੱਧਦੇ ਰਹਿਣ, ਫਿਊਚਰ ਦੇ ਵਿੱਚ ਅਸੀਂ ਇਹਨਾਂ ਦੀ ਹਰ ਸੰਭਵ ਮਦਦ ਕਰਨਾ ਚਾਹੁੰਦੇ ਹਾਂ, ਇਹੀ ਸਾਡੇ ਫਿਊਚਰ ਪਲਾਨ। ਬਿਲਕੁਲ, ਅਤੇ ਹਲੇ ਜਿਵੇਂ ਕਿ ਤੁਸੀਂ ਬਠਿੰਡਾ 'ਚ ਹੋ ਤਾਂ ਉਸ ਤੋਂ ਅੱਗੇ ਵੀ ਚਾਹੁੰਦੇ ਹੋ ਵੀ ਚੇਨ ਇਹ ਲੰਬੀ ਜਾਵੇ? ਜੀ, ਵਾਕਈ ਸਾਨੂੰ ਕਈ ਵਲੰਟੀਅਰ ਜਿਹੜੇ ਕਿ ਸਾਡੀਆਂ ਐਕਟੀਵਿਟੀਜ਼ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਦੇਖਦੇ ਨੇ, ਉਹ ਕਹਿੰਦੇ ਨੇ ਵੀ ਅਸੀਂ ਆਪਣੇ ਸ਼ਹਿਰ ਦੇ ਵਿੱਚ, ਆਪਣੇ ਏਰੀਏ ਦੇ ਵਿੱਚ, ਆਪਣੇ ਪਿੰਡ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਆਓ। ਅਸੀਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਹਾਂ ਵੀ ਅਸੀਂ ਤੁਹਾਡੇ ਨਾਲ ਹੀ ਹਾਂ, ਦੇਖੋ ਤੁਸੀਂ ਸ਼ੁਰੂ ਕਰੋ, ਜਿੱਥੇ ਕਿਤੇ ਵੀ ਕੁਝ ਸ਼ੁਰੂ ਕਰਨਾ ਚਾਹੁੰਦੇ ਹੋ ਸ਼ੁਰੂ ਕਰੋ। ਫਿਲਹਾਲ ਕਿਉਂਕਿ ਬਠਿੰਡੇ ਰਜਿਸਟਰਡ ਹੈ, ਇਸ ਕਰਕੇ ਸਾਡਾ ਜੋ ਕਾਰਜ ਖੇਤਰ ਆ ਉਹ ਬਠਿੰਡੇ ਤੱਕ ਹੀ ਸੀਮਿਤ ਹੈ, ਪਰ ਜੇ ਕੋਈ ਵਲੰਟੀਅਰ ਸਾਡਾ ਕਿਸੇ ਹੋਰ ਇਲਾਕੇ 'ਚ, ਕਿਸੇ ਹੋਰ ਸ਼ਹਿਰ 'ਚ ਸ਼ੁਰੂ ਕਰਨਾ ਚਾਹੁੰਦਾ, ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਨਾ ਚਾਹੁੰਦਾ, ਤਾਂ ਉਹ ਸਾਡੇ ਨਾਲ ਮਿਲ ਕੇ ਇਹ ਕਰ ਸਕਦਾ ਹੈਗਾ, ਅਤੇ ਉਸ ਨਾਲ ਸੰਬੰਧਿਤ ਕਾਰਵਾਈ ਜਿਹੜੀਆਂ ਫਾਰਮੈਲਿਟੀਜ਼ ਉਹ ਅਸੀਂ ਜ਼ਰੂਰ ਪੂਰੀਆਂ ਕਰ ਲੈਣੀਆਂ ਫਿਰ। ਜੀ ਬਿਲਕੁਲ, ਅਤੇ ਰੱਬ ਕਰੇ ਇੱਦਾਂ ਹੀ ਤੁਸੀਂ ਤਰੱਕੀ ਕਰਦੇ ਰਹੋ, ਅਤੇ ਜਾਂਦੇ ਜਾਂਦੇ ਇੱਕ ਵਾਰ ਆਡੀਅੰਸ ਨੂੰ ਕੀ ਕਹਿਣਾ ਚਾਹੋ? ਦੇਖੋ, ਲੋਕਾਂ ਨੂੰ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਕਿਉਂਕਿ ਸਾਰੇ ਹੀ ਲੋਕ ਬੜੇ ਸਿਆਣੇ ਹੁੰਦੇ ਨੇ, ਹੈ ਨਾ, ਅਤੇ ਇਹ ਗੱਲ ਜ਼ਰੂਰ ਹੈ ਕਿ ਸਾਡੇ ਕੋਲ ਸਾਧਨ ਹਰ ਇੱਕ ਦੇ ਕੋਲ ਬਹੁਤ ਨੇ ਜੇਕਰ ਦੇਖਿਆ ਜਾਵੇ, ਜੇਕਰ ਅਸੀਂ ਸਮਝੀਏ, ਅਤੇ ਜੇ ਅਸੀਂ ਐਂ ਸਮਝੀਏ ਵੀ ਸਾਡੇ ਕੋਲ ਨਹੀਂ, ਮਰੂ ਮਰੂ ਕਰੀ ਜਾਈਏ, ਤਾਂ ਫਿਰ ਸਾਡੇ ਵਰਗਾ ਗਰੀਬ ਵੀ ਕੋਈ ਨਹੀਂ ਗਾ। ਅਤੇ ਇਹਨਾਂ ਬੱਚਿਆਂ ਦੀ ਮਦਦ ਦੇ ਲਈ, ਇਹਨਾਂ ਸੋਸਾਇਟੀ ਦੇ ਜੋ ਬੱਚੇ ਨੇ ਉਹਨਾਂ ਦੀ ਮਦਦ ਦੇ ਲਈ ਕੋਈ ਵੀ ਬਹੁਤ ਕੁਝ ਕਰ ਸਕਦਾ। ਉਹਨਾਂ ਸਾਧਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਤਰੀਕੇ ਨਾਲ ਫਾਈਨੈਂਸ਼ਲੀ ਜਾਂ ਕਹਿ ਲਓ ਕਿ ਚੀਜ਼ਾਂ ਦੇ ਕੇ ਆਪਣੇ ਸਾਧਨ ਦੂਜਿਆਂ ਦੇ ਨਾਲ ਸਾਂਝੇ ਕਰਕੇ ਇਹਨਾਂ ਬੱਚਿਆਂ ਦੀ ਮਦਦ ਕਰ ਸਕਦੇ ਹਾਂ। ਜਿਵੇਂ ਕਿ ਪਹਿਲਾਂ ਹੀ ਕਿਹਾ ਸੀ ਕਿ ਨੀਤਾਂ ਨਾਲ ਬਰਕਤਾਂ ਹੁੰਦੀਆਂ ਨੇ, ਜੇ ਸਾਡੀ ਨੀਤ ਹੈਗੀ ਹੈ ਹੈਲਪ ਕਰਨ ਦੀ, ਅਸੀਂ ਬਹੁਤ ਵਧੀਆ ਹੈਲਪ ਇਹਨਾਂ ਦੀ ਕਰ ਸਕਦੇ ਹਾਂ। ਮੈਨੂੰ ਯਾਦ ਆਉਂਦਾ ਮੇਰੇ ਦਾਦੀ ਜੀ ਕਹਿੰਦੇ ਹੁੰਦੇ ਆ ਕਿ ਸਾਡੀ ਕਮਾਈ ਦੇ ਉੱਤੇ ਨਾ ਸਿਰਫ ਸਾਡਾ ਹੀ ਹੱਕ ਹੁੰਦਾ, ਸਗੋਂ ਸਾਡੇ ਰਿਸ਼ਤੇਦਾਰਾਂ ਦਾ, ਸਾਡੇ ਦੋਸਤਾਂ ਦਾ ਅਤੇ ਸੁਸਾਇਟੀ ਦਾ ਵੀ ਥੋੜ੍ਹਾ ਜਿਹਾ ਹੱਕ ਹੁੰਦਾ। ਉਸੇ ਦੇ ਚੱਲਦੇ ਹਾਂ ਸ਼ਾਇਦ ਗੁਰਬਾਣੀ ਦੇ ਵਿੱਚ ਵੀ ਕਹਿ ਲਓ ਜਾਂ ਕਹਿ ਲਓ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਥੋੜ੍ਹਾ ਬਹੁਤਾ ਫੰਡ ਜਿਹੜਾ ਹੈ ਦਸ਼ਵੰਧ ਦੇ ਤੌਰ 'ਤੇ ਅਸੀਂ ਜ਼ਰੂਰ ਕੱਢੀਏ,
ਬਿਲਕੁਲ, ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਇੱਦਾਂ ਹੀ ਤੁਸੀਂ ਸਿਰਫ ਨਾ ਸਿਰਫ ਬਠਿੰਡਾ 'ਚ ਬਲਕਿ ਪੂਰੇ ਦੇਸ਼ ਦੇ ਵਿੱਚ ਇੱਦਾਂ ਹੀ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ, ਜਿਨ੍ਹਾਂ ਨੂੰ ਸਿੱਖਿਆ ਨਹੀਂ ਮਿਲ ਪਾਉਂਦੀ, ਉਹਨਾਂ ਦੇ ਚਿਹਰਿਆਂ 'ਤੇ ਸਮਾਈਲ ਲਿਆਉਂਦੇ ਰਹੋ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਦੁਤਕਾਰਨ ਦੀ ਬਜਾਏ ਉਹਨਾਂ ਦੀ ਜ਼ਿੰਦਗੀ ਨੂੰ ਸਵਾਰੀਏ, ਤਾਂ ਹੀ ਸ਼ਾਇਦ ਸਾਡੀ ਜ਼ਿੰਦਗੀ ਦਾ ਸਫ਼ਰ ਵੀ ਬਹੁਤ ਵਧੀਆ ਨਿਕਲ ਸਕਦਾ। ਸੋ ਅੱਜ ਦੇ ਐਪੀਸੋਡ ਦੇ ਲਈ ਬਸ ਇੰਨਾ ਹੀ। ਰਜੋਰਾ ਜੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਬਹੁਤ ਵਧੀਆ ਰਿਹਾ ਅੱਜ ਦਾ, ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਇੱਕ ਨਵੇਂ ਚਿਹਰੇ ਦੇ ਨਾਲ। ਤਦ ਤੱਕ ਲਈ ਤੁਸੀਂ ਸਾਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।